ਤੂੰ ਕੰਨ ਖੋਲ ਕੇ ਗੱਲ ਸੁਣਾ ਮੇਰੀ, ਚੁੱਪ ਕਰਕੇ ਕੱਪੜੇ ਧੋ ਲਾ, ਠੀਕ ਹੈ ਨਾ? ਬਕਵਾਸ ਜੀ ਨਾ ਕਰੋ ਰੇ, ਖੜ ਕੇ ਨੀਚੇ ਕਰਕੇ ਗੱਲ ਕਰ, ਕੀ ਕਰ ਲੇਂਗੀ ਨੀ ਤੂੰ? ਮੈਂ ਕਰ ਕੀ ਕਰਾਂ ਮੰਮੀ ਦੀ ਪਰਾ ਰੱਖ ਦੇ, ਪਰ ਚੱਲ ਤੂੰ ਕੱਪੜੇ ਆ ਜਾ, ਤੂੰ ਮੇਰੇ ਨਾਲ ਪੱਲੇ ਪੰਗਾ, ਤੂੰ ਤੈਨੂੰ ਦੱਸਾਂ ਮੈਂ ਵੱਡੇ ਵਾਂ ਪਤਾ ਧਿਆਨ ਨਾਲ, ਔਰ ਮਾੜੀ ਮੋਟੀ ਮੈਨੂੰ ਲੱਗਦਾ ਤੇਰੀ ਮਾਂ ਨੇ ਅੱਖਾਂ ਨਹੀਂ ਸਿਖਾਈ ਕਿਵੇਂ ਗੱਲ ਕਰੀ, ਮੇਰੀ ਮਾਂ ਤੱਕ ਨਾ ਜਾ, ਹਾਂ ਮੈਂ ਤਾਂ ਕਰਾਂਗੀ ਤੇਰਾ, ਕਰ ਲੈ ਤੇ ਕੀ ਹੁੰਦਾ, ਇਹ ਸੇਨੂੰ ਸਾਹਮਣੇ ਤੋਂ ਕਰਾ ਲਈ ਕੰਮ ਸਾਰਾ, ਠੀਕ ਆ? ਹਾਂ ਆ ਜਿਹੜੇ ਹੱਥ ਛੋਟੇ ਅੱਗੇ ਆਪਾਂ ਕੰਮੇ ਨਹੀਂ ਮੁੱਕਣ ਚਾਹੁੰਦੇ ਹੈਗੇ, ਕੀ ਆ ਆਹ ਕੀ ਆ, ਅਸੀਂ ਪਏ ਨੇ ਕੱਪੜੇ ਭਾਂਡੇ ਉਹ ਨਹੀਂ ਮਾਂਜੇ ਹੈਗੇ, ਸਾਰੀ ਦਿਹਾੜੀ ਪਤਾ ਨਹੀਂ ਕੀ ਤਾਂ ਕਰਦੀ ਹੈ ਕੀ ਨਾ। ਕੋਮਲ ਨੀ, ਕੋਮਲ ਸੁਣਦਾ ਕਿ ਨਾ ਤੈਨੂੰ? ਹਾਂ ਕਿਉਂ ਰੋਲਾ ਪਾਇਆ, ਦੱਸ ਕੀ ਆ? ਅੰਦਰ ਤੜਕੀ ਵੜ ਜਾਂਦੀ ਸੱਤ ਧੱਜ ਕੇ, ਮਾੜਾ ਮੋਟਾ ਬਾਹਰ ਵੀ ਨਿਕਲ ਜਾ ਕਰ, ਸੱਤ ਧੱਜ ਕੇ ਤੂੰ ਬੈਠ ਜਾ ਕਰ ਨਾ, ਮੈਂ ਕੀ ਕਿਹਾ ਤੈਨੂੰ? ਆ ਦੇਖ ਲੈ ਅੱਖਾਂ ਫੁੱਟੀ ਵਾਲੀਏ, ਸਾਰੇ ਕੱਪੜੇ ਐਂ ਧੋਣ ਵਾਲੇ ਪਏ ਨੇ, ਕੌਣ ਧੋਊਗਾ ਇਹਨਾਂ ਨੂੰ ਦੱਸੀ ਮੈਨੂੰ? ਤੂੰ ਧੋਏਂਗੀ, ਹੋਰ ਕੌਣ ਧੋਊਗਾ? ਕਿ ਮੈਂ ਨੌਕਰਾਣੀ ਰੱਖੀ ਆ ਇਸ ਘਰ ਦੀ, ਅਬ ਤਾਂ ਚੁੱਪ ਕਰਕੇ ਕੱਪੜੇ ਧੋ ਲੈ, ਨਹੀਂ ਮੈਥੋਂ ਬੁਰਾ ਕੋਈ ਨਹੀਂ। ਮੈਂ ਨਾ ਸਾਰੇ ਕੰਮ ਦਾ ਠੇਕਾ ਨਹੀਂ ਲੈ ਰੱਖਿਆ ਇੱਥੇ, ਨਾਲੇ ਤਾਂ ਮੈਂ ਕਰਾਂ ਡੰਗਰਾਂ ਦਾ ਨਾਲੇ ਘਰ ਦਾ, ਕਿ ਉਹ ਸਾਰਾ ਕੰਮ ਮੈਨੂੰ ਸੁੱਖ ਕੇ ਦਿੱਤਾ ਹੋਇਆ। ਆਪ ਤੂੰ ਮਹਾਰਾਣੀ ਬਣ ਕੇ ਬੈਠ ਜਾਂਦੀ ਆ ਸਵੇਰੀ, ਗੱਲ ਸੁਣ ਲੈ ਮੇਰੀ, ਕੱਪੜਾ ਲੀੜਾ ਮੈਂ ਕੋਈ ਨਹੀਂ ਧੋ ਸਕਦੀ, ਲੱਗੀ ਸਮਝ? ਜੇ ਇਹ ਗੱਲ ਹੈ ਨਾ ਧੋਤੇ ਫਿਰ ਮੇਰੇ ਤੋਂ ਵੀ ਨਹੀਂ ਆਉਂਦੇ, ਰੋਕ ਜਾ ਕਿਤੇ ਮਾਰਦੀ ਆ ਤੂੰ। ਮੈਂ ਤਾਂ ਹੀ ਮਾਰੂੰਗੀ ਫਿਰ, ਕਰ ਲਿਆ ਕਰ ਕੰਮ। ਅੱਛਾ ਬੇਸ਼ਰਮੋ, ਆ ਤੁਸੀਂ ਕੀ ਕੁੱਤਖਾਨਾ ਛੇੜਿਆ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਕੰਜਰ ਨੂੰ ਆਂਢ ਗੁਆਂਢ ਦੇਖਦਾ ਹੋ, ਤੁਹਾਨੂੰ ਕੀ ਕਹਿੰਦਾ ਹੋ, ਤੇ ਇਹਨਾਂ ਦੀਆਂ ਬਹੂਆਂ ਨੇ ਕੁੱਤਿਆਂ ਨੂੰ ਭੌਂਕਦੀਆਂ ਨੇ ਚਪੜ ਚਪੜ। ਮੰਮੀ ਜਦੋਂ ਦੇਖ ਲਓ ਤੁਹਾਡੇ ਕੁੰਡੀਆਂ ਦੇ ਸਿੰਗ ਫਸੇ ਰਹਿੰਦੇ, ਆ ਤੁਹਾਡੇ ਨਾਲ ਸਿੰਗ ਵੱਢਣੇ ਪੈਣੇ ਨੇ ਇੱਕ ਦਿਨ ਮੈਨੂੰ। ਮੰਮੀ ਇਹੀ ਲੜਦੀ ਆ ਮੇਰੇ ਨਾਲ ਆ ਕੇ, ਆਪਦੇ ਹਿੱਸੇ ਦਾ ਕੰਮ ਮੈਂ ਕਰਤੇ ਲੈਣੀ ਆ ਸਾਰਾ। ਦੱਸ ਕਿਹੜੇ ਹਿੱਸੇ ਦਾ ਕੰਮ ਕਰਿਆ? ਆ ਦੇਖ ਲਓ ਮੰਮੀ ਜੀ, ਭਾਂਡੇ ਸਾਰੇ ਉਹ ਮਾਂਜਣ ਵਾਲੇ ਪਏ ਨੇ, ਸਿਖਰ ਤੇ ਪੈਰਾ ਹੋ ਗਿਆ, ਕੱਪੜਾ ਲੀੜਾ ਉਹ ਪਿਆ ਹੈਗਾ, ਹੈ ਡੰਗਰਾਂ ਦਾ ਵੀ ਮੈਂ ਕਰਾਂ, ਘਰ ਦੇ ਵੀ ਮੈਂ ਕਰਾਂ, ਆ ਸੰਦੇ ਹੀ ਬੈਠ ਜਾਂਦੀ ਆ ਮਹਾਰਾਣੀ ਬਣ ਕੇ। ਤੁਸੀਂ ਗਿੱਠ ਗਿੱਠੜੀਆਂ ਹੈਗੀਆਂ, ਘੋਲ ਕਰਦੇ ਹੋ ਤੁਸੀਂ ਵੱਡੇ ਵੱਡੇ, ਮਾੜੀ ਮੋਟੀ ਸੰਗ ਮੰਨ ਲਓ। ਮੰਮੀ ਜੀ ਤੁਸੀਂ ਇਹਨੂੰ ਕਹੋ ਨਾ, ਆ ਦੇਖ ਲਓ ਮੈਂ ਸਾਰਾ ਘਰ ਦਾ ਕੰਮ ਕਰ ਦਿਆਂਗੀ, ਆਪ ਡੱਕਾਂ ਨਹੀਂ ਤੋੜ ਦਿਆਂਗੀ, ਆ ਕੱਪੜੇ ਸਾਰੇ ਐਂ ਪਏ ਨੇ ਧੋਣ ਵਾਲੇ, ਉਹ ਭਾਂਡੇ ਦੇਖ ਲਓ ਉਹ ਢੇਰ ਲੱਗਿਆ ਪਿਆ ਹੈਗਾ, ਹੈ ਕਿਉਂ ਮੈਨੂੰ ਹੀ ਸਾਰੇ ਕੰਮ ਸੁੱਕੇ ਦਿੱਤੇ ਹੋਏ ਨੇ, ਨਾਲੇ ਮੈਂ ਡੰਗਰਾਂ ਦਾ ਕਰਾਂ ਨਾਲੇ ਘਰ ਦਾ ਦੇਖਾਂ, ਮੇਰੇ ਕੰਨੀ ਦੇ ਦੋ ਢਿੱਡ ਲੱਗੇ ਹੋਏ ਨੇਗੇ। ਮੰਮੀ ਮੇਰੀ ਗੱਲ ਸੁਣ ਲਓ, ਆਪਦੇ ਹਿੱਸੇ ਦਾ ਕੰਮ ਮੈਂ ਕਰਦੀ ਤੇ ਹੈਗੀ ਆ, ਸਾਰੀ ਪਹਿਲਾਂ ਰੋਟੀ ਬਣਾ ਕੇ ਆਈ ਆ ਨਾਲੇ ਸਬਜ਼ੀ ਕਰਕੇ ਆਈ ਆ। ਕਿਹੜੇ ਤੋਂ ਕੰਮ ਕਰਦੀ ਐ? ਅੱਜ ਜਦੋਂ ਵੇਖ ਲਓ ਲਿੱਪਾ ਪੋਚੀ ਕਰਕੇ ਬੈਠੀ ਹੁੰਨੀ ਆ ਆਰਾਮ ਨਾਲ ਫੋਨ ਲੈ ਕੇ, ਹੈ ਮੈਂ ਦੇਖਦੀ ਨਹੀਂ, ਕੰਮ ਤੇਰੇ ਨਾਲੋਂ ਜ਼ਿਆਦਾ ਕਰਦੀ ਐ ਇਹ। ਕਰਦੀ ਤਾਂ ਹੈਗੀ ਆ, ਮੇਰੇ ਕਾਨੂੰ ਦੀਂਦੇ ਨੇ ਐਸੇ ਦੇ ਦੀਂਦੇ ਨੇ ਪਰ ਚਿੱਟੀ ਦੇ ਨਹੀਂ। ਜੇ ਤੂੰ ਕਰੇ ਤੇਰੇ ਕੰਮ ਦਿਖਣ ਨਾ, ਹੈ ਗਿੱਠ ਦੀ ਤੇਰੇ ਜਵਾਨ ਲੱਗੀ ਆ ਬੋਲਣ ਲੱਗੇ ਨੂੰ, ਤੂੰ ਕੰਨ ਖੋਲ ਕੇ ਗੱਲ ਸੁਣਾ ਮੇਰੀ, ਚੁੱਪ ਕਰਕੇ ਕੱਪੜੇ ਧੋ ਲੈ, ਠੀਕ ਹੈ ਨਾ? ਬਕਵਾਸ ਜੀ ਨਾ ਕਰੋ ਰੇ, ਖੜ ਕੇ ਨੀਚੇ ਕਰਕੇ ਗੱਲ ਕਰ, ਕੀ ਕਰ ਲੇਂਗੀ ਨੀ ਤੂੰ? ਮੈਂ ਕਰ ਕੀ ਕਰਾਂ ਮੰਮੀ ਦੀ ਪਰਾ ਰੱਖ ਦੇ, ਪਰ ਚੱਲ ਤੂੰ ਕੱਪੜੇ ਆ ਜਾ, ਤੂੰ ਮੇਰੇ ਨਾਲ ਪੱਲੇ ਪੰਗਾ, ਤੂੰ ਤੈਨੂੰ ਦੱਸਾਂ ਮੈਂ ਵੱਡੇ ਵਾਂ ਪਤਾ ਧਿਆਨ ਨਾਲ, ਔਰ ਮਾੜੀ ਮੋਟੀ ਮੈਨੂੰ ਲੱਗਦਾ ਤੇਰੀ ਮਾਂ ਨੇ ਅੱਖਾਂ ਨਹੀਂ ਸਿਖਾਈ ਕਿਵੇਂ ਗੱਲ ਕਰੀ, ਮੇਰੀ ਮਾਂ ਤੱਕ ਨਾ ਜਾ, ਹਾਂ ਮੈਂ ਤਾਂ ਹੀ ਕਰਾਂਗੀ ਤੇਰਾ, ਕਰ ਲੈ ਤੇ ਕੀ ਹੁੰਦਾ, ਇਹ ਸੇਨੂੰ ਸਾਹਮਣੇ ਤੋਂ ਕਰਾ ਲਈ ਕੰਮ ਸਾਰਾ, ਠੀਕ ਆ? ਹਾਂ ਆ ਜਿਹੜੇ ਹੱਥ ਛੋਟੇ ਅੱਗੇ, ਮੈਂ ਆਪੀ ਕਰ ਲਾਂਗੀ ਕੰਮ, ਆ ਤੁਸੀਂ ਬਹਿ ਜਾਓ ਜਿਹੜੇ ਪਲੰਗ ਤੇ ਬਣਾ ਸਾਈਤਾ ਜਕੇ, ਜਿਵੇਂ ਪੁੱਤ ਖੰਨਾ ਛੇੜਿਆ ਕੰਜਰਾਂ ਦੇ ਜਲੂਸ ਕੱਢਿਆ ਪਿਆ ਤੁਸੀਂ ਮੇਰਾ ਘਰ ਦਾ। ਮੰਮੀ ਜੀ ਤੁਸੀਂ ਵੀ ਮੈਨੂੰ ਕਹੀ ਜਾਂਦੇ ਉਲਟਾ, ਨਾਲੇ ਮੈਂ ਕੰਮ ਕਰਦੀ ਆ ਨਾਲੇ ਮੈਂ ਸੁਣਾ ਕਿਉਂ? ਨਹੀਂ ਮੈਂ ਤੈਨੂੰ ਐਂ ਕਹਿੰਦੀ ਆ ਵੀ ਤੂੰ ਕਰਦੀ ਆ ਕੰਮ, ਆ ਉਹਦੀ ਗਿੱਠ ਲੰਮੀ ਜ਼ਬਾਨ, ਉਹ ਤਾਂ ਕੋ ਖਾਣ ਨੂੰ ਆਉਂਦੀ ਆ, ਤੂੰ ਹੀ ਟਲ ਜਾ ਕਰ ਮਾੜਾ ਮੋਟਾ। ਮੈਂ ਕੋਈ ਨਹੀਂ ਟਲ ਸਕਦੀ ਹੈਗੀ, ਜੇ ਬੋਲੂਗੀ ਤਾਂ ਨਾ ਬਲਵਾਊਗੀ ਵੀ, ਹਾਂ ਮੂੰਹ ਦੇਖਣ ਨੂੰ ਨਹੀਂ ਲਿਆਂਦੀ ਹੈਗੀ ਇਹ ਇੱਥੇ। ਨਹੀਂ ਆ ਬੰਨੇ ਤੁਹਾਡੇ ਮੂਰੇ ਹੱਥ, ਤੂੰ ਵੀ ਵਗ ਜਾ ਅੰਦਰ, ਬਹਿ ਜਾ ਜਿਹੜੇ ਜਾ ਕੇ ਬਹਿਣਾ ਸਾਈਤਾ ਜੀ ਕੇ ਨਾ, ਤੂੰ ਵੀ ਵਗ ਜਾ। ਮੰਨਿਆ ਤੂੰ ਕੰਮ ਕਰਦੀ ਹੈ ਪਰ ਉਹਦੀ ਐਡੀ ਗਿੱਠ ਲੰਮੀ ਜਵਾਨ ਹੈ, ਉਹ ਕਿੱਥੇ ਖੜਦੀ ਹੈ,
ਗੱਲ ਨੂੰ ਆਉਂਦੀ ਹੈ, ਤੂੰ ਹੀ ਸਮਝ ਜਾ ਕਰ ਮਾੜੀ ਮੋਟੀ। ਆਹੋ ਸਾਰਾ ਕੁਛ ਮੈਂ ਹੀ ਦੇਖਾਂ। ਹਾਂ ਨਾ ਦੇਖ, ਕੁਹਾੜੀਆਂ ਫੜ ਲਓ, ਡੰਡੇ ਫੜ ਲਓ, ਮਾਰੋ ਸਿਰ 'ਚ ਇੱਕ ਦੂਜੀ ਦੇ, ਸਿਰ ਪਾੜੋ। ਕਿੱਥੇ ਤੁਸੀਂ ਮੇਰੇ ਘਰ ਦਾ ਜਲੂਸ ਕੱਢਿਆ ਪਿਆ ਨੀ? ਦੱਸ ਅੱਜ ਕੁੱਤਖਾਨਾ ਕਰਦਾ, ਤੁਹਾਡੇ ਮੁੰਡੇ ਆ ਜਾਣ ਨਾ ਉੱਤੇ ਖਸਮ ਤੁਹਾਡੇ, ਤਾਂ ਤੁਹਾਡੇ ਨਾ ਹੱਡੀਆਂ ਤੋੜਨਾ। ਕਿੱਥੇ ਗਏ ਗੁਜਰੇ ਘਰਦੀਆਂ ਨੇ ਦੁਖੀ ਕਰ ਲਿਆ ਨੀ? ਫੜ ਕੇ ਇਹਨਾਂ ਨੇ ਤਾਂ ਜਮੀ ਜਮੀ ਜਲੂਸ ਕੱਢਦਾ। ਦੇਖ ਕਿਵੇਂ ਭੰਡੇਰ ਪਈ ਆ, ਕੱਪੜੇ ਪਏ ਨੇ, ਢੇਰ ਲੱਗਿਆ। ਤੇ ਤੁਹਾਡਾ ਮੈਂ ਚਾਰ ਪਾਉਣਾ ਹੈ, ਤੁਹਾਡਾ ਮੈਂ ਮੂੰਹ ਦੇਖਣਾ ਨੀ ਜਦ ਤੁਸੀਂ ਕੰਮ ਨੀ ਕਰਨਾ ਹੈਗਾ। ਸਿਆਪਾ ਖੰਨਾ, ਮੈਂ ਤਾਂ ਇਹਨਾਂ ਨੂੰ ਨਾ ਮੁੰਡਿਆਂ ਨੂੰ ਕਹਿ ਕੇ ਅੱਡੋ ਅੱਡੀ ਕਰਾ ਦੇਣਾ। ਜਾਂ ਇਹਨਾਂ ਨੂੰ ਕਹਿੰਦੀ ਆਪੋ ਆਪਣੇ ਧੋ ਲਿਆ ਕਰੋ ਕੱਪੜੇ, ਆਪਣੇ ਆਪਣੇ ਭਾਂਡੇ ਮਾਂਜ ਲਿਆ ਕਰੋ ਖਾ ਪੀ ਕੇ, ਠੀਕ ਹੈ? ਸਿਆਪਾ ਹੀ ਮੁੱਕੇ। ਇਹਦੀ ਨਾ ਕੁਛ ਜ਼ਿਆਦਾ ਹਵਾ ਖਰਾਬ ਹੋ ਰਹੀ ਹੈਗੀ। ਨਾ ਕੀ ਗੱਲ, ਤੂੰ ਇੱਥੇ ਆ ਕੇ ਬੈਠੀ ਹੈ, ਉਧਰ ਮੰਮੀ ਇਕੱਲੀ ਕੱਪੜੇ ਧੋਈ ਜਾਂਦੀ ਹੈ। ਫਿਰ ਮੈਂ ਕੀ ਕਰਾਂ, ਪਹਿਲਾਂ ਮੈਂ ਹੀ ਧੋਣ ਲੱਗ ਰਹੀ ਸੀਗੀ, ਤੁਹਾਨੂੰ ਪਤਾ ਵੀ ਕੀ ਕੁਛ ਹੋਇਆ, ਜਿਹੜਾ ਗਣਾ ਆਉਂਦਾ ਆ ਕੇ ਮੈਨੂੰ ਲੱਗ ਜਾਂਦਾ ਬੋਲਣ, ਸਾਰੇ ਕੰਮ ਮੈਂ ਹੀ ਦੇਖ ਲੈ ਰੱਖਿਆਗਾ, ਡੰਗਰਾਂ ਦਾ ਵੀ ਮੈਂ ਕਰਾਂ, ਘਰ ਦਾ ਵੀ ਮੈਂ ਕਰਾਂ। ਕਿਉਂ ਕੀ ਗੱਲ, ਉਹਨੂੰ ਵੀ ਕਹਿ ਦਿਆ ਕਰੋ ਕੋਈ ਜਨਾ ਕੁਛ, ਸੰਦੇਹੀ ਸਭ ਫਸ ਕੇ ਬੈਠ ਜਾਂਦੀ ਅੰਦਰ। ਚੱਲ ਕੋਈ ਨਾ, ਜਿਹੜਾ ਵੀ ਹੋਇਆ ਹੋ ਗਿਆ, ਤੂੰ ਸਮਝਦਾਰ ਹੈ। ਅੱਛਾ ਜੇ ਮੈਂ ਸਮਝਦਾਰ ਹਾਂ ਫਿਰ ਮੈਨੂੰ ਮਾਰ ਦੋ, ਮੈਨੂੰ ਦੇ ਦੋ ਗਲ ਗੁੱਠਾ। ਉਹ ਫਿਰ ਇੰਨਾ ਗੁੱਸਾ ਕਿਉਂ ਕਰਦੀਆਂ ਹੁਣ? ਗੁੱਸਾ ਨਾ ਤਾਂ ਕਰੇ, ਕੀ ਕਰਾਂ ਫਿਰ ਮੈਂ, ਤੁਸੀਂ ਆਪ ਹੀ ਦੱਸੋ ਮੈਨੂੰ। ਚੱਲ ਕੋਈ ਨਾ, ਮੈਂ ਉਹਨੂੰ ਸਮਝਾ ਦੂੰਗਾ ਪਿਆਰ ਨਾਲ। ਤੂੰ ਐਂ ਕਰ, ਜਾ ਕੇ ਰੋਟੀ ਬਣਾ ਲੈ, ਭੁੱਖ ਬਹੁਤ ਲੱਗ ਰਹੀ ਹੈਗੀ। ਮੇਰੀ ਨਾ ਗੱਲ ਸੁਣ ਲਓ ਤੁਸੀਂ ਵੀ, ਠੀਕ ਆ ਨਾ? ਮੇਰੇ ਤੋਂ ਇਕੱਲੀ ਤੋਂ ਨਹੀਂ ਕੰਮ ਕਾਰ ਹੁੰਦੇ ਹੈਗੇ, ਨਾਲ ਜੋ ਲੱਗ ਕੇ ਕਰਾਇਆ ਕਰੂੰਗੀ ਤਾਂ ਮੈਂ ਕਰਿਆ ਕਰੂੰਗੀ, ਨਹੀਂ ਫਿਰ ਆਪਦਾ ਮੈਂ ਵੀ ਬੈਠੀ ਹਾਂ। ਉਹ ਫਿਰ ਲੜਾਈ ਕਿਹੜੀ ਗੱਲ ਦੀ ਕਰਦੇ ਹੋ, ਦੋਨੇ ਭੈਣਾਂ ਰਲ ਮਿਲ ਕੇ ਕਰ ਲਿਆ ਕਰੋ, ਕਿਉਂ ਉੰਨੀ ਕੀ ਕਰਦੇ ਇੱਕ ਦੂਜੇ ਨਾਲ? ਮੈਂ ਤਾਂ ਬਥੇਰਾ ਕਰਦੀ ਹਾਂ, ਉਹੀ ਨਹੀਂ ਕਿਸੇ ਕੰਮ ਨੂੰ ਹੱਥ ਪਾਉਂਦੀ ਹੈਗੀ। ਚੱਲ ਕੋਈ ਨਾ, ਭੁੱਖ ਲੱਗ ਰਿਹਾ, ਤੂੰ ਜਾ ਕੇ ਰੋਟੀ ਬਣਾ ਲੈ, ਆਹ ਗੁੱਸੇ ਗਿੱਲੇ ਨੂੰ ਛੱਡ, ਮੈਨੂੰ ਕਹਿੰਦਾ ਭੁੱਖਾ ਮਾਰੇਗਾ। ਜਦੋਂ ਮਰਜ਼ੀ ਦੇਖ ਲੈ, ਇਹਨਾਂ ਦੇ ਤਾਂ ਸਿੰਘ ਫਸੀ ਰਹਿ ਜਾਣਗੇ, ਪਤਾ ਨਹੀਂ ਕਿਹੜੀ ਗੱਲ ਦੀ ਲੜਾਈ ਕਰਦੇ। ਵੀ ਤੁਸੀਂ ਕੰਮ ਕਰਨਾ ਰਲ ਮਿਲ ਕੇ ਕਰ ਲਓ, ਇੱਕ ਜਾਣੀ ਝਾੜੂ ਲਾ ਲਓ, ਦੂਜਾ ਜਾਣਾ ਕੱਪੜੇ ਧੋ ਲਓ, ਨਾਲੇ ਕੰਮ ਸੌਖੇ ਹੋਣ ਤੁਹਾਡੇ। ਕੋਮਲ, ਓ ਕੋਮਲ, ਪਾਣੀ ਲੱਗੇਗੀ ਗਲਾਸ ਮੇਰੇ ਵਾਸਤੇ? ਆ ਫੜੋ। ਓ ਕੀ ਹੋ ਗਿਆ, ਐਂ ਜੇ ਮੂਡ ਬਣਾ ਰੱਖਿਆ? ਕੁਝ ਨਹੀਂ ਹੋਇਆ ਮੈਨੂੰ। ਉਹ ਦੱਸਤਾ ਸੀ ਕੀ ਹੋ ਗਿਆ? ਤੁਹਾਡੀ ਭਾਬੀ ਸਾਰਾ ਦਿਨ ਕਲੇਸ਼ ਕਰਦੀ ਆ ਮੇਰੇ ਨਾਲ। ਉਹ ਬਸ ਐਡੀ ਕੀ ਗੱਲ ਆ ਯਾਰ, ਉਹ ਤਾਂ ਬੋਲਦੀ ਰਹਿੰਦੀ ਯਾਰ, ਉਹਦੇ ਕਰਕੇ ਤੂੰ ਆਪਦਾ ਮੂਡ ਕਿਉਂ ਖਰਾਬ ਰੱਖਿਆ? ਮੂਡ ਨਾ ਖਰਾਬ ਕਰਾਂ ਤਾਂ ਹੋਰ ਕੀ ਕਰਾਂ ਜੀ, ਡੰਗਰ ਪਸ਼ੂਆਂ ਦਾ ਕਰਦੀਆਂ, ਨਾਲੇ ਘਰ ਦਾ ਕਰਦੀਆਂ, ਫਿਰ ਵੀ ਮੇਰੇ ਨਾਲ ਕੰਜਰ ਕਲੇਸ਼ ਰੱਖਦੀਆਂ ਨੇ। ਤੇ ਅੱਜ ਤੁਹਾਡੀ ਭਾਬੀ ਨੇ ਪਤਾ ਕੀ ਕੀਤਾ, ਮੇਰੇ ਵਾਲ ਪੱਟਦੇ, ਨਾਲੇ ਮੇਰੀ ਗੁੱਤ ਪੱਟੀ, ਮੰਮੀ ਵੀ ਉਹਦੀ ਸਾਈਡ ਲੈਂਦੇ ਸੀ ਆ ਕੇ, ਦੱਸੋ ਫਿਰ ਕੀ ਕਰਾਂ। ਅੱਛਾ ਹਾਂ, ਐਡੀ ਗੱਲ ਹੋ ਗਈ ਘਰੇ? ਹਾਂਜੀ, ਮੈਨੂੰ ਕਹਿੰਦੀਆਂ ਜੇ ਸਾਰਾ ਘਰ ਦਾ ਕੰਮ ਤੂੰ ਨਹੀਂ ਕਰਦੀ ਤਾਂ ਹੋਰ ਕੌਣ ਕਰੂਗਾ, ਮੈਂ ਹੀ ਕਰਦੀ ਹਾਂ ਸਾਰਾ ਘਰ ਦਾ ਕੰਮ, ਫਿਰ ਵੀ ਤੁਸੀਂ ਦੇਖੋ ਨਾ। ਕੰਮ ਤਾਂ ਠੀਕ ਆ, ਆ ਥੱਪੜਾ ਮਾਰਨੇ ਕੀ ਲੋੜ ਸੀ ਉਤਰੇ? ਮੈਨੂੰ ਕਿੱਥੇ ਨੇ ਉਹ ਬਾਰੇ? ਚੱਲ ਮੈਂ ਕਰ ਦਿੰਦਾ ਗੱਲ, ਚੱਲ ਉੱਠ, ਮੈਂ ਪੁੱਛਦਾ ਕੀ ਗੱਲ ਆ। ਤੂੰ ਤੇ ਜਦੋਂ ਮਾੜਾ ਜਿਹਾ ਹੋਣ ਲੱਗਦਾ ਉਦੋਂ ਹੀ ਡੰਗਰ ਖਾ ਜਾਂਦੇ ਨੇ, ਨਾਲੇ ਰੋਜ਼ ਦੇਖ ਲੈ ਦੇਖਦੇ ਨੇ, ਐਂ ਨਹੀਂ ਕਹਿੰਦੇ ਵੀ ਮਾੜਾ ਮੋਟਾ ਨਾ ਇਹਦੇ ਇੱਟਾਂ ਲਾ ਦਈਏ ਦੁਆਲੇ, ਇੰਨਾ ਇੱਟ ਖਾਨਾ ਪਿਆ, ਦੱਸ ਕੀ ਕਰਨਾ, ਆ ਮਾੜਾ ਮੋਟਾ ਹੋ ਜੂਗਾ। ਚੱਲ ਬੰਦਾ ਸ਼ੌਂ ਚ ਬਹਿ ਤਾਂ ਜਾਂਦਾ। ਕੀ ਕਰੀ ਜਾਂਦੀ ਆ? ਵੀ ਹਾਂ ਪੁੱਤ ਕੀ ਹੈ, ਆ ਲਾਉਂਦੀ ਸੀ ਇੱਟਾਂ ਜੀਆਂ ਇਹਦੇ ਦੁਆਲੇ, ਤੁਹਾਨੂੰ ਤਾਂ ਪਤਾ ਨਹੀਂ ਲੱਗਦਾ ਕੰਮ ਦਾ ਮਾੜਾ ਮੋਟਾ। ਨਾਮਾ ਘਰੇ ਕੀ ਚੱਲ ਰਿਹਾ, ਤੁਸੀਂ ਤਾਂ ਨਾ ਕਿਉਂ ਲੜਦੇ ਰਹਿੰਦੇ ਹੋ? ਕੀ ਹੋ ਗਿਆ, ਕੀ ਚੱਲ ਰਿਹਾ? ਤੁਹਾਨੂੰ ਕਿਹੜਾ ਪਤਾ ਨਹੀਂ ਮਾਂ? ਵੇ ਇਹ ਆਪ ਹੀ ਨਹੀਂ ਖੜਦੀ ਹੈਗੀ,
ਇਹ ਆਪ ਹੀ ਨਹੀਂ ਟਿਕਦੀ ਹੈਗੀ ਮੈਂ ਤੈਨੂੰ ਦੱਸਾਂ। ਉਹ ਬਸ ਕਰਮਾ ਮੈਨੂੰ ਸਭ ਪਤਾ, ਤੂੰ ਵੀ ਉਹਦੀ ਸਾਈਡ ਲੈਣੀ ਆ ਨਾ, ਘਰ ਦੇ ਕੰਮ ਸਾਰੇ ਇਹ ਕਰੇ ਤੇ ਪ੍ਰਧਾਨਗੀ ਵੱਡੀ ਕਰੇ। ਅੱਛਾ ਤੈਨੂੰ ਪਤਾ ਵੀ ਇਹ ਕਰਦੀ ਹੈ ਕੰਮ ਸਾਰੇ, ਤੇ ਉਹ ਜ਼ਿਆਦਾ ਕੰਮ ਕਰਦੀ ਹੈ। ਇਹ ਤਾਂ ਉਹ ਗੱਲ ਕਹਿੰਦੇ ਘਿਓ ਬਣਾਈਆਂ ਤੋਰੀਆਂ ਕੇ ਵੱਡੀ ਬਹੁ ਦਾ ਨਾ। ਉਹ ਮਾਂ ਹੁਣ ਕਾਹਦੇ ਕੋਲੇ ਸਪਾਰ ਕਰਦੀ? ਉਹ ਬਾਈ ਮੇਰੀ ਗੱਲ ਸੁਣ ਲਾ, ਤੂੰ ਹੈਗਾ ਮੇਰਾ ਵੱਡਾ ਭਾਈ, ਤੇਰੀ ਮੈਂ ਇੱਜ਼ਤ ਕਰਦਾ, ਇਹਨੂੰ ਕਹਦੇ ਆਪਦੀ ਹੱਦ 'ਚ ਰਿਹਾ ਕਰੇ। ਉਹ ਇਹ ਤਾਂ ਆਪਦੀ ਹੱਦ 'ਚ ਹੀ ਹੈ, ਤੂੰ ਉਹਨੂੰ ਵੀ ਸਮਝਾ ਕੇ ਰੱਖ ਮਾੜਾ ਮੋਟਾ। ਉਹ ਬਾਈ ਸਮਝਾ ਕੇ ਰੱਖਿਆ, ਸਾਰੇ ਘਰ ਦੇ ਕੰਮ ਤਾਂ ਇਹ ਕਰਦੀ ਆ, ਉੱਤੋਂ ਇਹ ਇਹਦੇ ਨਾਲ ਲੜਦੀ ਆ। ਮੇਰਾ ਦਿਮਾਗ ਨਹੀਂ ਹਿੱਲਿਆ ਕਿ ਮੈਂ ਬੇਫਾਲਤੂ ਦਾ ਲੜੂੰਗੀ। ਮੰਮੀ ਜੀ ਤੁਸੀਂ ਆਪ ਹੀ ਦੱਸੋ ਕਿੰਨੇ ਕੁ ਕੰਮ ਕਰਦੀ ਹੈ ਇਹ? ਨਹੀਂ ਇਹ ਤਾਂ ਪਤਾ ਨਹੀਂ ਕੀ ਹੈ, ਘਰ ਦੇ ਵਿੱਚ ਠੰਡ ਠੁਰਕਾ ਹੋਣ ਹੀ ਨਹੀਂ ਦਿੰਦੀ ਹੈਗੀ। ਮੰਮੀ ਸਾਰਾ ਕੰਮ ਕਰਦੀ ਆ ਮੈਂ ਘਰ ਦਾ, ਤੁਸੀਂ ਤਾਂ ਐਵੇਂ ਉਹਦੀ ਸਾਈਡ ਲੈਨੇ ਰਹਿੰਦੇ ਹੋ ਸਾਰਾ ਦਿਨ। ਨਹੀਂ ਕੀ ਕੰਮ ਕਰਦੀ ਹੈ ਤੂੰ ਦੱਸੀ ਮੈਨੂੰ। ਸਾਰਾ ਸਵੇਰੇ ਸਬਜ਼ੀ ਰੋਟੀ ਮੈਂ ਹੀ ਕਰਦੀ ਆ। ਇੱਕ ਸਬਜ਼ੀ ਰੋਟੀ ਬਣਾ ਲਈ ਬਸ, ਹੋਰ ਤਾਂ ਕੰਮ ਹੀ ਹੈ ਨਹੀਂਗਾ। ਝਾੜੂ ਪੋਚਾ ਉਹ ਕਰੇ, ਡੰਗਰਾਂ ਦਾ ਉਹ ਕਰੇ ਸਾਰਾ, ਪਾਣੀ ਉਹ ਪਿਆਵੇ ਡੰਗਰਾਂ ਨੂੰ, ਸੰਨੀਆਂ ਉਹ ਕਰੇ, ਤੂੰ ਦੱਸੀ ਕੀ ਕਰਦੀ ਹੈ? ਰੋਟੀਆਂ ਪਕਾ ਕੇ ਥੱਕ ਗਈ? ਨਾ ਰੋਟੀਆਂ ਪਕਾਉਣ ਦੀ ਗੱਲ ਨਹੀਂ ਮਾਂ, ਫਿਰ ਅੱਜ ਇਹਦੇ ਨਾਲ ਸਵੇਰੇ ਕੁੱਟਮਾਰ ਕਿਉਂ ਕੀਤੀ ਤੁਸੀਂ ਨੇ? ਵੇ ਭਰਾਵਾ ਮੇਰੀ ਗੱਲ ਸੁਣੋ ਪੁੱਤ, ਮੈਂ ਤਾਂ ਇਹਨਾਂ ਦੇ ਮਸਾਂ ਜੁੰਡੇ ਛਡਾਏ ਨੇ, ਜੇ ਮੈਂ ਨਾ ਕੋਲ ਹੁੰਦੀ ਤਾਂ ਮਰ ਜਾਂਦੀਆਂ ਇੱਕ ਦੂਜੀ ਨਾਲ ਲੜ ਕੇ। ਤੁਹਾਨੂੰ ਕੀ ਪਤਾ ਕਿੰਨਾ ਜਲੂਸ ਕੱਢਦੀਆਂ ਨੇ ਇਹ? ਮੇਰੀ ਗੱਲ ਸੁਣ ਤੂੰ, ਇਹ ਤਾਂ ਜਦੋਂ ਕਰ ਇਕੱਠੇ ਰਹਾਂਗੇ ਨਾ ਜਲੂਸ ਹੀ ਨਿਕਲੂਗਾ। ਇਹਨੇ ਤਾਂ ਕੰਮ ਕਰਨਾ ਨਹੀਂ, ਸਾਰਾ ਦਿਨ ਬੰਨ ਕੇ ਨਹੀਂ ਦਿੱਤਾ ਹੋਇਆ, ਤੂੰ ਸਾਨੂੰ ਅੱਡੀ ਕਰਾ ਦੇ ਬਸ, ਅਸੀਂ ਤਾਂ ਆਪਦਾ ਕੰਮ ਆਪ ਹੀ ਕਰ ਲਿਆ ਕਰਾਂਗੇ। ਆਹੋ ਇਹ ਗੱਲ ਠੀਕ ਹੈ, ਮੈਂ ਪੁੱਤ ਆਹੀ ਦਿਨ ਰਹਿ ਗਏ ਸੀ ਦੇਖਣ ਵਾਲੇ, ਹੋਰ ਤਾਂ ਸਾਰੇ ਕੰਮ ਹੋ ਗਏ। ਕਿਉਂ ਵੰਡੀਆਂ ਪਾਉਂਦੇ ਹੋ ਭਰਾ ਭਰਾ ਦੋਨੇ? ਉਹ ਬਸ ਮੈਨੂੰ ਨਹੀਂ ਪਤਾ ਮਾਂ, ਸਾਥੋਂ ਨਹੀਂ ਇਹਨਾਂ ਰਹਿ ਜਾਂਦਾ। ਉਹ ਠੀਕ ਆ ਬਾਈ, ਰਹਿ ਸਾਥੋਂ ਵੀ ਨਹੀਂ ਜਾਂਦਾ ਮਾਂ, ਰਹਿਣ ਦੇ ਇੱਕ ਦਿਨ ਦਾ ਅੱਡ ਹੋਣੀ ਆ। ਮੈਂ ਤਾਂ ਮੇਰੇ ਚਾਹੁੰਦੇ ਜੀ ਅੱਡ ਹੋਣ ਨਹੀਂ ਦਿੰਦੀ ਤੁਹਾਨੂੰ। ਫਿਰ ਜਦੋਂ ਅਸੀਂ ਲੜ ਕੇ ਵੜ ਕੇ ਮਰ ਗਏ ਨਾ, ਫਿਰ ਉਦੋਂ ਅੱਡ ਕਰਦੀ ਸਾਨੂੰ? ਪਰ ਤੁਸੀਂ ਤਾਂ ਨਾ ਇੱਕ ਦੂਜੇ ਨਾਲ ਲੜੋ ਮਰੋ, ਤੁਸੀਂ ਕਿਉਂ ਫਰਕ ਪਾਉਂਦੇ ਹੋ ਇੰਨਾ ਪਿੱਛੇ? ਇੰਨਾ ਪਿੱਛੇ ਫਰਕ ਪਊਗਾ ਮਾਂ, ਮੇਰੇ ਹੱਥ ਬੰਨ ਕੇ ਬਹਿੰਦਾ ਸਾਨੂੰ ਅੱਡ ਕਰਦੇ ਬਸ। ਜੇ ਇੰਨਾ ਇਹਨੂੰ ਸਮਝਾ ਲਓ ਦੋਹੇ ਜਣੇ ਤੇ ਫੇਰ ਨਹੀਂ ਗੱਲ ਲੋਟ ਆਉਂਦੀ। ਉਹ ਮਾਂ ਕਿੱਥੇ ਸਮਝਦੀਆਂ ਨੇ। ਠੀਕ ਹੈ ਮੰਮੀ, ਮੇਰੇ ਤੋਂ ਵੀ ਤੁਹਾਡੇ ਕੰਮਾਂ ਦਾ ਸਿਆਪਾ ਨਹੀਂ ਹੁੰਦਾ, ਸਾਨੂੰ ਤਾਂ ਅੱਡ ਹੀ ਕਰ ਦਿਓ। ਉਹ ਮਾਂ ਸਾਨੂੰ ਅੱਡ ਕਰਦੇ, ਸਾਥੋਂ ਨਹੀਂ ਕੱਟ ਚ ਰਿਹਾ ਜਾਂਦਾ ਹੁਣ। ਚੱਲ ਕੁੰਮਲ ਚੱਲ, ਕੋਈ ਨਾ ਪੁੱਤ ਜਿਵੇਂ ਤੁਹਾਡੀ ਇੱਛਾ ਹੈ, ਮੇਰੀ ਤਾਂ ਤੁਹਾਡੀ ਖੁਸ਼ੀ ਜੀ ਖੁਸ਼ੀ ਹੈ। ਜੇ ਤੁਸੀਂ ਅੱਡ ਹੋਣਾ ਚਾਹੁੰਦੇ ਹੋ ਨਾ ਤਾਂ ਅੱਡ ਕਰ ਦਿੰਦੀ ਹਾਂ, ਪਰ ਨਾ ਇਹ ਤੁਹਾਡੇ ਤੋਂ ਸਾਂਭੀਆਂ ਨਹੀਂ ਜਾਣੀਆਂ, ਨਾ ਤੁਹਾਡੇ ਤੋਂ ਭਾਂਡੇ ਸਾਂਭੇ ਜਾਣੇ ਨੇ, ਨਾ ਇਹ ਸਾਂਭੀਆਂ ਜਾਣੀਆਂ ਨੇ, ਇਹ ਤੁਹਾਡੇ ਉੱਤੋਂ ਦੀ ਚੱਲਦੀਆਂ ਨੇ। ਬੇ ਹਜੇ ਤਾਂ ਮੈਂ ਕੋਲ ਹਾਂ ਤਾਂ ਇਹਨਾਂ ਨੂੰ ਸਾਂਭ ਲੈਂਦੀ ਹਾਂ, ਇਹਨਾਂ ਨੂੰ ਰੋਕ ਦਿੰਦੀ ਹਾਂ ਮਾੜਾ ਮੋਟਾ। ਇਹ ਤਾਂ ਨਾ ਤੁਹਾਡੇ ਸਿਰ 'ਚ ਗਲੀਆਂ ਕਰਨਗੀਆਂ ਗਲੀਆਂ, ਆ ਵੱਡਣ ਤਾਂ ਮਾੜੀ ਮੋਟੀ ਕਹਿ ਲੱਗ ਜਾਂਦੀ ਹੈ, ਆ ਛੋਟੀ ਤਾਂ ਜਮੀ ਨਹੀਂ ਕਿਸੇ ਹਿਸਾਬ 'ਚ ਆਉਂਦੀ। ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮੀ ਹੈ, ਮੁੰਡਿਆਂ ਨੂੰ ਵੀ ਪਿੱਛੇ ਲਾਈ ਫਿਰਦੀਆਂ ਨੇ। ਕੋਈ ਨਾ ਅੱਡ ਹੋਣਾ ਤਾਂ ਅੱਡ ਹੋ ਜਾਓ। ਲੈ ਭਾਈ ਮੁੰਡਿਓ, ਹੁਣ ਤੁਸੀਂ ਫੈਸਲਾ ਤਾਂ ਕਰ ਹੀ ਲਿਆ ਵੀ ਅੱਡ ਹੋਣਾ ਤਾਂ ਹੋਣਾ ਹੀ ਹੈ, ਤੇ ਮੈਂ ਨਹੀਂ ਚਾਹੁੰਦੀ ਵੀ ਸਾਡੇ ਘਰੇ ਪੰਚਾਇਤਾਂ ਆ ਕੇ ਬੈਠਣ ਤੇ ਪੰਚਾਇਤਾਂ ਫੈਸਲੇ ਕਰਨ। ਸਾਡੇ ਤਾਂ ਕਦੀ ਅੱਧ ਜੱਦ 'ਚ ਪੰਚਾਇਤਾਂ ਨੇ ਫੈਸਲੇ ਨਹੀਂ ਕੀਤੇ, ਸਾਡੇ ਤਾਂ ਵੱਡ ਵਡੇਰੇ ਆਪ ਹੀ ਫੈਸਲੇ ਕਰ ਲੈਂਦੇ ਸੀ ਬਹਿ ਕੇ, ਤੇ ਨਾਲੇ ਮੈਂ ਹਜੇ ਬੈਠੀ ਹਾਂ ਤੁਹਾਡੀ ਵੱਡੀ। ਆਪਣੇ ਕੋਲ 10 ਕਿੱਲੇ ਜ਼ਮੀਨ, 5 ਕਿੱਲੇ ਤੈਨੂੰ ਆਉਂਦੀ ਹੈ, 5 ਕਿੱਲੇ ਇਹਨੂੰ। ਦੇਖ ਨਹਿਰੀ ਤੇਰੀ ਹੋ ਗਈ, ਨਹੀਂ ਵਾਲੀ ਇਹਦੀ ਹੋ ਗਈ। ਨਾ ਮੰਮੀ ਕੀ ਗੱਲ, ਤੁਸੀਂ ਨਹਿਰ ਵਾਲੀ ਜ਼ਮੀਨ ਇਹਨਾਂ ਨੂੰ ਦੇਤੀ ਵੀ ਇਹਨਾਂ ਨੂੰ ਕੋਈ ਪਾਣੀ ਦੀ ਦਿੱਕਤ ਨਾ ਆਵੇ, ਤੇ ਸਾਨੂੰ ਨਿਆਈ ਵਾਲੀ ਦੇਤੀ। ਲੈ ਉੱਥੇ ਫਿਰ ਕਿਹੜੀ ਦਿੱਕਤ ਆ, ਉੱਥੇ ਵੀ ਤਾਂ ਮੋਟਰ ਲੱਗੀ ਹੋਈ ਆ, ਨਾਲੇ ਤੈਨੂੰ ਇੰਨਾ ਪਤਾ ਵੀ ਇਹਦੀ ਕੀਮਤ ਨਹਿਰੀ ਵਾਲੀ ਨਾਲੋਂ ਕਿੰਨੀ ਜ਼ਿਆਦਾ ਹੈਗੀ, ਲੱਗ ਜਾਂਦੀ ਆ ਬੋਲਣ। ਤੂੰ ਚੁੱਪ ਕਰ ਜਾ, ਤੂੰ ਤਾਂ ਵਿੱਚ ਬੋਲ ਹੀ ਨਾ। ਚੁੱਪ ਕਰ ਜਾ, ਆ ਦੇਖ ਲੈ ਇਹ ਤਾਂ ਹੁਣ ਵੀ ਨਹੀਂ ਟਲਦੀਆਂ। ਉਹ ਚੁੱਪ ਕਰ ਜਾ, ਜਦੋਂ ਬੇਬੇ ਫੈਸਲਾ ਕਰੀਏ ਤੁਸੀਂ ਵਿੱਚ ਕਿਉਂ ਬੋਲਦੀ ਹੋ?
ਇਹਨੇ ਤਾਂ ਬੋਲਣਾ ਹੀ ਹੁੰਦਾ ਹਰ ਵਾਰ। ਆਹੋ ਪੁੱਤ ਤੂੰ ਵੀ ਬੋਲਣਾ ਜ਼ਰੂਰੀ ਹੈਗਾ। ਪੁੱਤ ਤੂੰ ਚੁੱਪ ਕਰ ਜਾ ਤੇ ਤੁਹਾਡੇ ਭਾਂਡੇ ਟਿੰਡੇ ਵੀ ਅੱਡ ਕਰਦੇ। ਤੇ ਰਹੀ ਗੱਲ ਡੰਗਰਾਂ ਦੀ, ਤੈਨੂੰ ਵੀ ਬਰੋਬਰ ਦੇ ਆ ਗਏ ਤੇ ਇਹਨੂੰ ਵੀ ਬਰੋਬਰ ਦੇ ਆ ਗਏ। ਆਪਣਾ ਆਪਣਾ ਗੋਹਾ ਕੂੜਾ ਚੱਕਿਓ ਤੇ ਆਪਣੀ ਆਪਣੀਆਂ ਰੋਟੀਆਂ ਪਕਾਇਓ ਤੇ ਖਾਇਓ। ਇਸ ਘਰ ਦੇ ਵਿੱਚ ਇਹ ਰਹਿ ਲੂਗਾ ਤੇ ਉਸ ਘਰ ਦੇ ਵਿੱਚ ਉਹ ਰਹਿ ਲੂਗਾ। ਤੇ ਨਾਲੇ ਮੈਂ ਕਹਿੰਦੀ ਹਾਂ ਵੀ ਤੁਸੀਂ ਵਰਤਦੇ ਰਹਿ ਜਾਓ, ਇਹਨਾਂ ਦਾ ਭਾਈਆਂ ਭਾਈਆਂ ਦਾ ਪਿਆਰ ਰਹਿਣ ਦਿਓ। ਤੇ ਤੁਸੀਂ ਵੀ ਇੰਨਾ ਕਿੰਨਾ ਕੁ ਗੰਦ ਪਿਆ ਸਾਡੇ ਘਰੇ, ਕਿੱਡਾ ਕੁ ਵੱਡਾ ਪਰਿਵਾਰ। ਚੱਲ ਕੋਈ ਗੱਲ ਨੀ ਬੇਬੇ, ਜੇ ਮੈਂ ਤੇਰਾ ਫੈਸਲਾ ਕੀਤਾ ਠੀਕ ਆ। ਉਹ ਭਾਈ ਤੈਨੂੰ ਕੋਈ ਇਤਰਾਜ਼ ਆ? ਬੇਬੇ ਮੈਨੂੰ ਵੀ ਕੋਈ ਇਤਰਾਜ਼ ਨੀ, ਜਿਵੇਂ ਤੂੰ ਕਹਿਤਾ ਸਾਨੂੰ ਮੰਨੀ। ਚੱਲ ਪੁੱਤ ਮੈਂ ਤਾਂ ਕਹਿੰਦੀ ਹਾਂ ਤੁਸੀਂ ਬਸ ਆਪੇ 'ਚ ਪਿਆਰ ਨਾਲ ਰਹੋ ਤੇ ਇਹ ਵੀ ਕਿਤੇ ਐਂ ਨਾ ਹੋਵੇ ਕੱਲ੍ਹ ਘਲਾਉਣੋ ਫਿਰ ਲੋਕਾਂ ਨੂੰ ਤਮਾਸ਼ਾ ਦਿਖਾਓ, ਤੁਸੀਂ ਲੋਕਾਂ ਨਾਲ ਜਲੂਸ ਦਿਖਾਇਓ, ਵਰਤਦੀਆਂ ਰਹੋ ਆਪੇ 'ਚ। ਕੋਈ ਨਾ ਮਾਂ, ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਂਦੇ, ਜਿਵੇਂ ਤੂੰ ਕਰਤਾ ਸਾਨੂੰ ਮਨਜ਼ੂਰ ਹੈਗਾ। ਰਹੀ ਗੱਲ ਤੇਰੀ ਰੋਟੀ ਦੀ, ਜਿੱਥੇ ਮਰਜ਼ੀ ਖਾ ਲਿਆ। ਚੱਲ ਕੋਈ ਨਾ ਪੁੱਤ, ਦੋ ਰੋਟੀਆਂ ਜਿਹੜੀਆਂ ਕਰਮਾਂ 'ਚ ਹੋਈਆਂ ਮਿਲ ਜਾਣਗੀਆਂ। ਚਲੋ ਜੀ ਚੱਲੀਏ। ਚੱਲ ਬਰਤਨਾਂ ਨਹੀਂ ਦਿਖਦੀ ਹੈ ਕਿਸੇ ਪਾਸੇ, ਤੇਰੇ ਨਾਲ ਮੈਂ ਵਰਤਣਾ ਵੀ ਨਹੀਂ। ਬਕਵਾਸ ਹੀ ਨਾ ਕਰੇ। ਇਹਨਾਂ ਦੀਆਂ ਜ਼ਬਾਨਾਂ ਨਹੀਂ ਤੁਸੀਂ ਫੜ ਸਕਦੇ। ਇਹਨਾਂ ਦੀਆਂ ਜ਼ਬਾਨਾਂ ਜੇ ਕੰਟਰੋਲ 'ਚ ਹੋ ਗਈਆਂ ਨਾ ਤਾਂ ਤੁਸੀਂ ਪੁੱਤ ਬੱਸ ਜਾਓਗੇ, ਨਹੀਂ ਤਾਂ ਬਸ ਤੁਹਾਡੇ ਤਾਂ ਖੇਡ ਨੇ ਖਿੰਡੇ ਪਏ ਨੇ। ਹੋਰ ਚਾਰ ਭਾਂਡੇ ਤੁਹਾਡਾ, ਫਿਰ ਮੈਂ ਟੀ ਵੀ ਦੇਖੂੰਗੀ ਲੈ ਕੇ। ਪੰਦਰਾਂ ਸੌ ਪਿੱਛੇ ਇੱਥੇ ਅੱਧਿਓ ਦਿਨ ਜ਼ਿਆਦਾ ਖੜਨਾ ਪੈਂਦਾ। ਕਮਲ। ਹਾਂਜੀ ਮੰਮੀ, ਆ ਗਏ ਤੁਸੀਂ। ਪਾਣੀ ਲਈ ਪੁੱਤ? ਮਿਲ ਗਈ ਪੈਨਸ਼ਨ? ਹਾਂ ਮਿਲ ਗਈ ਪੁੱਤ। ਅੱਛਾ ਲੈ ਮੈਨੂੰ ਫੜਾ ਦਿੰਦੇ ਪੈਨਸ਼ਨ ਫਿਰ। ਪਾਣੀ ਨਹੀਂ, ਧਾਣੀ ਨਹੀਂ, ਕੋਈ ਚਾਹ ਨਹੀਂ ਪੁੱਛੀ, ਪੈਨਸ਼ਨ ਮੈਨੂੰ ਫੜਾ ਦੇ ਪਹਿਲਾਂ। ਓਹੋ ਕੋਈ ਗੱਲ ਨਹੀਂ, ਪਾਣੀ ਵੀ ਲਿਆ ਦੂੰਗੀ, ਪਹਿਲਾਂ ਪੈਨਸ਼ਨ ਫੜਾ ਦਿਓ ਮੈਨੂੰ। ਮਿਲ ਜੂਗੀ ਪੈਨਸ਼ਨ ਵੀ, ਦੇਖ ਅੱਧੀ ਤੈਨੂੰ ਦੇਵਾਂਗੀ ਪੈਨਸ਼ਨ, ਅੱਧੀ ਮੁੰਡੇ ਨੂੰ ਦੂਜੇ ਨੂੰ ਦੇਵਾਂਗੀ। ਅੱਛਾ ਕਿਉਂ, ਅੱਧੀ ਅੱਧੀ ਵਾਲੀ ਕਿਹੜੀ ਗੱਲ ਹੈ, 1500 ਚ ਤਾਂ ਉਹੀ ਨਾ ਘਰ ਪੂਰਾ ਹੋ ਜੇ, ਕਿਤੇ 1000 ਦੀ ਤਾਂ ਤੇਰੀ ਦਵਾਈ ਆ ਜਾਂਦੀ ਹੈ। ਉਹ ਮੇਰੀ ਗੱਲ ਸੁਣ, ਮੈਨੂੰ ਤਾਂ ਦੋਵੇਂ ਇੱਕੋ ਜਿਹੇ ਨੇ, ਮੈਂ ਹੁਣ ਇੱਕ ਦਾ ਪੱਖ ਥੋੜੀ ਪੂਰੂੰਗੀ, ਦੋਨਾਂ ਨੂੰ ਬਰਾਬਰ ਰੱਖੂੰਗੀ। ਆਹੋ ਬਰਾਬਰ ਰੱਖੇਂਗੀ, ਫਿਰ ਉਸੇ ਤੋਂ ਲੈ ਲੈਂਦੀ ਨਾ ਪੂੜੇ, ਉਦੋਂ ਕਤੋਂ ਹੁਣ ਮੇਰੇ ਕੰਨੀ ਰੋਟੀਆਂ ਖਾਣੀਆਂ ਆ ਕੇ, ਸਾਰੇ ਕੱਪੜੇ ਲੀੜਾ ਤੇਰਾ ਗੋਲਾ ਧੰਦਾ ਸਾਰਾ ਦਿਨ ਮੈਂ ਕਰਦੀ ਮਰ ਗਈ। ਨੀ ਮੈਨੂੰ ਕੀ ਪਤਾ ਕਿੱਧਰ ਖਾਣੀ ਪੈ ਜੇ ਰੋਟੀ, ਉਹ ਖਵਾਏਂਗੀ ਮੈਨੂੰ ਪੂੜੇ ਸਦਾ ਹੀ। ਲੈ ਫੜ, ਮੈਨੂੰ ਨਹੀਂ ਲੋੜ ਤੇਰੇ ਪੈਸਿਆਂ ਦੀ, ਵੱਡੀ ਨੂੰ ਦੇ ਦੇ ਜਾ ਕੇ, ਉਸੇ ਕਹਿੰਦੀ ਖਾਲੀ ਪੂੜੇ, ਸਿੱਧੀ ਹੋ ਕੇ ਤੁਰਦੀ ਬਣ, ਉਹ ਦੀ ਦਾ ਗੇਟ ਹੈ, ਡੰਡੀ ਡੇਰਾ ਚੱਕ ਤੇ ਤੁਰਦੀ ਬਣ ਉਰੋ। ਚੱਲ ਨੀ ਤੂੰ ਖੜੀ ਹੋ ਉਰੋ, ਜਿੱਧਰ ਮਰਜ਼ੀ ਰੋਟੀ ਖਾ, ਮੈਨੂੰ ਕੀ। ਤੈਨੂੰ ਅਕਲ ਉਕਲ ਹੈਗੀ ਮਾੜੀ ਮੋਟੀ ਕਿ ਨਹੀਂ? ਨਹੀਂ ਹੈਗੀ ਹੈ, ਤੇਰਾ ਗੋਲਾ ਧੰਦਾ ਕਰਨ ਨਾਲੋਂ ਤਾਂ ਨਾ ਤੈਨੂੰ ਕੱਢਿਆ ਹੀ ਚੰਗਾ। ਚੱਲ ਕਰੋ ਚੱਲ, ਆ ਚੱਕ ਚੱਕ ਆਪਦਾ ਡੰਡੀ ਡੇਰਾ ਤੇ ਤੁਰਦੀ ਲੱਗ। ਨਹੀਂ ਮੇਰੀ ਗੱਲ ਸੁਣ, ਵੱਡਗੇ ਚ ਲੱਗ ਕੇ ਮੈਂ ਕਿਹੜਾ ਆਪਦਾ ਹਿੱਸਾ ਰੱਖਿਆ, ਨਾਲੇ ਤੁਹਾਨੂੰ ਬਰਾਬਰ ਬਰਾਬਰ ਸਾਰੀ ਵੰਡ ਕੇ ਦੇਤੀ ਏ, ਹੁਣ ਮੇਰਾ ਜਿੱਧਰ ਜੀ ਕਰੇਗਾ ਮੈਂ ਉਧਰ ਹੀ ਖਾਊ, ਤੂੰ ਕੌਣ ਹੈ ਮੈਨੂੰ ਕੱਢਣ ਵਾਲੀ ਘਰੋਂ? ਨਾ ਉਦੋਂ ਨਾ ਰੱਖਦੀ ਆਪਦਾ ਹਿੱਸਾ, ਮੈਂ ਦੱਸ ਕੀ ਕਰਾਂ, ਇੱਕ ਮਹੀਨਾ ਮੇਰੇ ਕੰਨੀ ਖਾਲੀ, ਇੱਕ ਮਹੀਨਾ ਵੱਡੀ ਕੰਨੀ ਖਾ, ਤੂੰ ਤੁਰਦੀ ਬਣ ਉਰੇ, ਦਿਮਾਗ ਨਾ ਖਰਾਬ ਕਰ ਮੇਰਾ, ਨਿਕਲ ਘਰੋਂ ਕੀ ਖੜੀ ਚੱਕ ਜਾਂਦੀ ਆ। ਹੁਣ ਤੂੰ ਮੈਨੂੰ ਐਂ ਧੱਕੇ ਦੇ ਕੇ ਕੱਢੇਗੀ ਬਾਹਰ, ਇਹ ਨਾ ਭੁੱਲ ਉਹ ਵੀ ਮੇਰਾ ਜੰਮਿਆ ਹੋਇਆ ਮੁੰਡਾ,
ਜੰਮ ਪਾਲ ਕੇ ਏਡਾ ਵੱਡਾ ਕੀਤਾ ਹੈ, ਰੋਟੀ ਮੈਂ ਇੱਥੇ ਨਹੀਂ ਖਾਊਂਗੀ ਤੇ ਹੋਰ ਕਿੱਥੇ ਖਾਊਂਗੀ? ਆਹੋ ਜੇ ਇਹ ਜੰਮਿਆ ਤਾਂ ਵੱਡਾ ਵੀ ਤਾਂ ਤੂੰ ਹੀ ਜੰਮਿਆ, ਉਸੇ ਕੰਨੀ ਖਾ ਲੈ, ਦੇਖੂਗੀ ਜੋ ਤੈਨੂੰ ਲਾ ਕੇ ਨਾਨ ਖਵਾਊਗੀ ਉਹ। ਤੁਰਦੀ ਲੱਗ ਕੇ ਥਾ ਆ ਵੀ ਦਿਨ ਦੇਖਣੇ ਸੀ ਰੱਬਾ, ਪੁੱਤ ਜੰਮ ਪਾਲ ਕੇ ਏਡੇ ਏਡੇ ਕੀਤੇ ਨੇ, ਪੜ੍ਹਾਏ ਲਿਖਾਏ ਨੇ, ਵਿਆਹੇ ਨੇ, ਅੱਜ ਮੈਨੂੰ ਧੱਕੇ ਵੱਜਦੇ ਨੇ, ਅੱਜ ਮੇਰੀ ਰੋਟੀ ਵੀ ਨਹੀਂ ਨਸੀਬ ਚ ਲੱਗਦੀ ਮੈਨੂੰ। ਇੱਕ ਨੇ ਤਾਂ ਕੱਢ ਦਿੱਤੀ ਘਰੋਂ, ਉਹਨੇ ਤਾਂ ਰੋਟੀ ਪਾਣੀ ਨਹੀਂ ਦਿੱਤਾ, ਇਹਦੇ ਤੇ ਆਸਾਂ ਨੇ, ਇਹ ਤਾਂ ਮੈਨੂੰ ਦਿਓਗੀ ਰੋਟੀ, ਐਡੀ ਮਾੜੀ ਤਾਂ ਨਹੀਂ। ਦੇਖਦੀ ਆ ਕੀ ਕਹਿੰਦੀ ਐ। ਅਮਨ, ਅਮਨ ਪੁੱਤ ਕਿਹਾ ਜਾਂਦਾ ਹੈਗਾ? ਹਾਂ ਮਾਂ। ਹਾਂ ਪੁੱਤ, ਉਹ ਮੈਂ ਨਾ ਪੈਸਨ ਲੈ ਕੇ ਆਈ ਸੀ। ਅੱਛਾ, ਲਿਆ ਫੜਾ ਫਿਰ। ਮੈਂ ਕਿਹਾ ਚੱਲ ਤੈਨੂੰ ਫੜਾ ਆਇਆ, ਧੁੱਪ ਬਹੁਤ ਪੈ ਰਹੀ ਹੈ ਮਾਛੇ ਦੀ, ਫੜਾ ਲੈ ਪੁੱਤ। ਮੈਨੂੰ ਨਾ ਚਾਹ ਦਾ ਘੁੱਟ ਬਣਾ ਦੇ, ਸਿਰ ਬੜਾ ਦੁਖੀ ਜਾਂਦਾ ਮੇਰਾ, ਤੇ ਨਾਲੇ ਚਾਹ ਨਾਲ ਦੋ ਰੋਟੀਆਂ ਬਣਾ ਦੇ। ਮੈਂ ਅੱਜ ਤੋਂ ਬਾਅਦ ਨਾ ਇੱਥੇ ਰਿਹਾ ਕਰੂੰ ਤੇਰੇ ਕੋਲ, ਤੇ ਇੱਥੇ ਰੋਟੀ ਖਾਊਂਗੀ। ਇੱਥੇ ਰਿਹਾ ਕਰੇਂਗੀ? ਕਿਉਂ, ਕੀ ਹੋ ਗਿਆ? ਉੱਧਰ ਕਿਉਂ ਨਹੀਂ ਰਹਿਣਾ ਮਾਂ ਤੈਨੇ? ਨਹੀਂ ਪੁੱਤ, ਇੱਕ ਮਹੀਨੇ ਦੀ ਪਿਲਸਨ ਦੇ ਤੈਨੂੰ ਦੇਤੀ, ਇੱਕ ਮਹੀਨੇ ਦੀ ਉਹਨੂੰ ਦੇ ਦਿਆ ਕਰੂੰਗੀ, ਇੱਕ ਦੀ ਫੇਰ ਤੈਨੂੰ। ਨਾਲੇ ਮੈਂ ਕਿਹੜਾ ਕੁਛ ਆਪਣਾ ਰੱਖਿਆ ਹੈ, ਮੈਂ ਸਾਰਾ ਕੁਛ ਤੁਹਾਨੂੰ ਹੀ ਤਾਂ ਵੰਡ ਕੇ ਦੇਤਾ। ਤੇਰਾ ਮਾਂ ਦਿਮਾਗ ਤਾਂ ਠੀਕ ਆ, ਇੰਨੀ ਮਹਿੰਗਾਈ ਹੋ ਰਹੀ ਆ ਨਾ, ਆ 1500 ਦੇ ਵਿੱਚ ਕੀ ਆਉਂਦਾ? ਆ ਫੜ ਪੈਸੇ ਆਪਦੇ, ਸਾਨੂੰ ਨਹੀਂ ਲੋੜ ਇਹੋ ਜਿਹੇ ਪੈਸਿਆਂ ਦੀ, ਜਾ ਕੇ ਉਹਨਾਂ ਨੂੰ ਹੀ ਦੇ ਦੇ ਤੇ ਉੱਥੇ ਰੋਟੀ ਪਾਣੀ ਖਾਇਆ ਕਰ, ਸਾਡੇ ਤਾਂ ਨਹੀਂ ਸਾਹਮਣੇ ਜਾਂਦਾ ਹੁਣ ਇੱਥੇ ਤੈਨੂੰ। ਪੁੱਤ ਕਿਉਂ ਕਰਦੇ ਹੋ? ਮਾਂ ਤੂੰ ਇੱਥੇ ਕਿਵੇਂ, ਕੀ ਹੋਇਆ? ਉਹ ਪੁੱਤ, ਮੈਂ ਤਾਂ ਰੋਟੀ ਖਾਣੀ ਸੀ ਤੇ ਨਾਲੇ ਮੈਂ ਪੈਨਸ਼ਨ ਜੀ ਲੈ ਕੇ ਆਈ ਸੀ। ਉਹ ਮਾਂ ਪੈਨਸ਼ਨ ਵਾਲੀ ਤਾਂ ਕੋਈ ਗੱਲ ਨਹੀਂ, ਰਹੀ ਗੱਲ ਤੇਰੀ ਰੋਟੀ ਦੀ, ਰੋਟੀ ਖਾਣੀ ਆ ਤੇਰਾ ਆਪਦਾ ਘਰ, ਚੱਲ ਆ ਜਾ ਖਾ ਰੋਟੀ। ਅਮਨ, ਮਾਂ ਵਾਸਤੇ ਰੋਟੀ ਬਣਾ, ਚੱਲ ਮਾਂ ਅੰਦਰ ਆ ਜਾ। ਹੱਦ ਕਰਦਾ ਇਹ ਵੀ, ਅੱਗੇ ਬਣਾ ਰੋਟੀ ਹੈਂ, ਉਹ ਲੈ ਗਿਆ ਮਿੰਟਾਂ ਚ ਇਹਨੂੰ ਅੰਦਰ, ਤਾਂ ਬਥੇਰਾ ਖੁਸ਼ ਹੋ ਰਹੀ ਹੋਣੀ। ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿਉਂ ਇਹਦੀ ਅਕਲ ਤੇ ਪੜਦਾ ਪਿਆ ਵਿਆਗਾ, 1500 ਚ ਦੱਸ ਕੀ ਆਉਂਦਾ ਗਾ, ਥੋੜੇ ਤਾਂ ਉਹਨਾਂ ਨੂੰ ਮੈਨੂੰ ਲਾ ਕੇ ਦੇਣੇ ਪੈਣਗੇ। ਆਪਦੇ ਘਰ ਦਾ ਖਰਚਾ ਨਹੀਂ ਸੀ ਮਾਣ। ਆਹ ਦੇਖ ਲੈ ਕਿੰਨੇ ਸੋਹਣੇ ਸੋਹਣੇ ਸੂਟ ਪਏ ਨੇ, ਆਰਡਰ ਕਰ ਦਿੰਦੀ ਹਾਂ, ਆਪੇ ਦੇ ਜਾਣਗੇ ਪੈਸੇ। ਆ ਗਏ ਤੁਸੀਂ? ਹਾਂ ਆ ਗਿਆ, ਚਾਹ ਪਾਣੀ ਲੱਗਾ ਮੇਰੇ ਪਾਸ, ਲਿਆਉਣੀ ਆ। ਆ ਲਓ ਜੀ ਪਾਣੀ ਪੀ ਲਓ। ਮੰਮੀ ਕਿੱਧਰ ਗਈ ਆ? ਮੰਮੀ ਉਧਰ ਵੱਡੀ ਕੰਨੀ ਗਈ ਆ। ਉਧਰ ਕੀ ਜਾਣ ਗਈ ਆ? ਪੈਨਸ਼ਨ ਫੜਾਉਣ ਗਈ ਆ ਉਹਨਾਂ ਨੂੰ, ਕਹਿੰਦੀ ਵੱਡੀ ਨੂੰ ਪੈਨਸ਼ਨ ਦੇ ਕੇ ਆਉਣੀ ਆ। ਪੈਨਸ਼ਨ ਉਹਨਾਂ ਨੂੰ ਫੜਾਉਣ ਗਈ ਆ? ਹਾਂਜੀ। ਤੇ ਉਹਨਾਂ ਨੂੰ ਕਿਉਂ ਫੜਾਉਣ ਗਈ ਆ? ਲੈ ਕਹਿੰਦੀ ਮੈਂ ਤਾਂ ਉਧਰ ਹੀ ਰੋਟੀ ਖਾਇਆ ਕਰੂੰਗੀ। ਚਲ ਖਾਣ ਦੇ ਉੱਧਰ ਰੋਟੀ। ਆਹੋ ਜਦੋਂ 4 ਦਿਨ ਉਧਰ ਰਹੀ ਨਾ ਆਪੇ ਸੁਰਤ ਟਿਕਾਣੇ ਆ ਜੂਗੀ, ਨਾਲੇ ਵੱਡੀ ਦਾ ਤੁਹਾਨੂੰ ਪਤਾ ਹੀ ਹੈ। ਸਹੀ ਗੱਲ ਆ ਤੇਰੀ, ਨਾਲੇ ਮੈਨੂੰ ਪਤਾ ਬੇਬੇ ਤਾਂ ਵੱਡੇ ਦੀ ਵੱਧ ਕਰਦੀ ਆ,
ਸ਼ੁਰੂ ਤੋਂ ਦੇਖਦਾ ਰਿਹਾ ਮੈਂ। ਚਲ ਕੋਈ ਨਾ, ਕੋਈ ਗੱਲ ਨਹੀਂ ਜੀ, ਆਪੇ ਪਤਾ ਲੱਗ ਜੂ ਇਹਨਾਂ ਨੂੰ। ਮੈਂ ਤੁਹਾਡੇ ਵਾਸਤੇ ਰੋਟੀ ਬਣਾ ਦਾਂ। ਹਾਂ ਛੱਡ ਪਰ ਚਾਹ ਬਣਾ ਦੇ ਘੁੱਟਿਆ, ਚਾਹ ਪੀਣ ਤੱਕ ਠੀਕ ਹੈ। ਕੋਈ ਨਾ ਰਹਿਣ ਦੇ ਉੱਧਰ, ਆ ਜਾਓ ਅਕਲ ਟਿਕਾਣੇ ਬੁੜੀ ਦੀ। ਹਵਾ ਚੱਲੀ ਜਾਂਦੀ ਹੈ ਠੰਡੀ, ਅਮਨ 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 ਪੁੱਤ ਅਮਨ। ਹਾਂ ਦੱਸ ਕੀ ਹੋਇਆ, ਕਿਹੜੇ ਟਾਈਮ ਦੀ ਲੱਗੀ ਆ ਬੋਲਣ, ਟਿੱਕੇ ਪਿਆ ਵੀ ਨੀ ਜਾਂਦਾ ਹੁਣ ਤੇਰੇ ਤੋਂ। ਪੁੱਤ ਮੇਰਾ ਸਿਰ ਬਹੁਤ ਦੁਖੀ ਜਾਂਦਾ, ਨਾਲੇ ਬੁਖਾਰ ਹੈ, ਮੈਨੂੰ ਗੋਲੀ ਦੇ ਦੇ ਪੁੱਤ। ਗੋਲੀ? ਤੈਨੂੰ ਸਲਫਾਸ ਦੀ ਗੋਲੀ ਨਾ ਦੇ ਦਵਾਂ, ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਤੇਰੇ। ਪੁੱਤ ਐਂ ਕਿਉਂ ਬੋਲਦੀ ਆ? ਨਾ ਹੋਰ ਕਿਵੇਂ ਬੋਲਾਂ, ਇੱਥੇ ਨਹੀਂ ਹੈਗੀ ਸਾਡੇ ਕੋਲੇ ਕੋਈ ਗੋਲੀ ਗੋਲੀ। ਪੁੱਤ ਜੇ ਨਹੀਂ ਹੈਗੀ ਮੰਗਵਾ ਕੇ ਦੇ ਦੇ। ਮੈਂ ਕਿੱਥੋਂ ਮੰਗਵਾ ਕੇ ਦੇ ਦਵਾਂ ਤੈਨੂੰ ਗੋਲੀਆਂ, 1500 ਦਾ ਤੇਰੀ ਸਾਰੀ ਪੈਨਸ਼ਨ ਆ ਗਈ, 20 ਦਿਨ ਹੋ ਗਏ ਤੈਨੂੰ ਖਾਂਦੀ ਨੂੰ, ਹਜੇ ਤੇਰੇ 1500 ਹੋੜੇ ਹੀ ਰਹਿ ਗਏ, ਸਾਡੇ ਕੋਲੇ ਨਹੀਂ ਹੈਗਾ ਕੋਈ ਗੋਲੀ ਗੱਪਾ, ਆਪਦਾ ਉਧਰ ਹੀ ਜਾ ਕੇ ਲੈ ਲਈ। ਪੁੱਤ ਗੋਲੀ ਨਹੀਂ ਦੇਣੀ, ਮੈਨੂੰ ਕਮ ਸੇ ਕਮ ਕੱਪੜਾ ਤਾਂ ਦੇ ਦੇ, ਕੋਈ ਠੰਡ ਲੱਗੀ ਜਾਂਦੀ ਹੈ, ਬੁਖਾਰ ਚੜਿਆ ਬੜਾ। ਸਾਡੇ ਕੋਲੇ ਨਹੀਂ ਹੈਗਾ ਕੋਈ ਕੱਪੜਾ ਕੁਪੜਾ, ਜੋ ਕੋਈ ਫਾਲਤੂ ਹੁੰਦਾ ਤਾਂ ਤੈਨੂੰ ਮੈਂ ਦੇ ਦਿੰਦੀ। ਤੂੰ ਐਂ ਕਰ, ਜਾਂ ਤੂੰ ਉਧਰ ਹੀ ਵਗ ਜਾ, ਉਹੀ ਤੈਨੂੰ ਦੇ ਦੂਗੀ ਕੋਈ ਨਵਾਂ ਕੰਬਲ ਕੁੰਬਲ ਕੱਢ ਕੇ। ਚੰਗਾ ਪੁੱਤ, ਸ਼ਾਬਾਸ਼ ਧੀਏ, ਸ਼ਾਬਾਸ਼ ਤੁਹਾਡੇ, ਕੋਈ ਨਾ ਉੱਧਰ ਵਗ ਜਾਂਦੀ ਹਾਂ, ਔਕੜਾ ਮੈਨੂੰ ਉਦੋਂ ਹੀ ਦੇ ਦੇਗੀ ਕੱਢ ਕੇ। ਔਕੜਾ ਦੇ ਦੂੰਗੀ ਕੁਛ, ਹਜੇ ਉਹਨੇ ਖਰੇ ਮੈਨੂੰ ਕੀ ਕੁਛ ਬੋਲਣਾ। ਉੱਧਰ ਤਾਂ ਤੂੰ ਵੀ ਬੜੀ ਮਿਹਰ ਕਰਦੀ ਸੀ ਉਹਦੀ, ਤੈਨੂੰ ਵੀ ਲੱਗ ਜੂ ਪਤਾ ਵੀ ਕਿੰਨਾ ਕੁ ਸਾਂਭਦੇ ਆ ਕਿੰਨਾ ਕੁ ਨਾ। ਚੱਲ ਭਾਈ ਛੇਤੀ ਜਾ, ਇੱਥੇ ਸਾਨੂੰ ਵੀ ਬਿਮਾਰ ਕਰੇਂਗੀ। ਮੈਂ ਤਾਂ ਬਿੰਦਕੜੀ ਆਰਾਮ ਕਰਾਂ। ਕੋਮਲ ਕੋਮਲ ਹਾਏ ਕੋਮਲ ਨੀ। ਹਾਂ ਕਿਉਂ ਗੇਟ ਤੋੜਨ ਵਾਲਾ ਕਰਕੇ ਫੇਰ ਆ ਗਈ ਮੂੰਹ ਚੱਕ ਕੇ? ਹਾਏ ਪੁੱਤ ਐਂ ਕਿਉਂ ਬੋਲਦੀ ਐ, ਕਿੱਥੇ ਜਾਵਾਂ? ਪਰੇ ਉਹ ਕਿਹੜੇ ਖੰਗਿਆ ਜਾਂਦਾ, ਕਿਹੜੇ ਖੂਚ ਲੈਖ ਜੀ। ਮੈਨੂੰ ਕੱਪੜਾ ਦੇ ਦੇ, ਕੋਈ ਬੁਖਾਰ ਚੜ ਰਿਹਾ ਮੈਨੂੰ। ਨਾ ਕੀ ਗੱਲ, ਵੱਡੀ ਕੰਨੀ ਜਾਨੀ ਆ, ਵੱਡੀ ਕੰਨੀ ਜਾਨੀ ਆ, ਹੁਣ ਵੱਡੀ ਨੇ ਤੈਨੂੰ ਕੱਪੜਾ ਵੀ ਨਹੀਂ ਦਿੱਤਾ ਉੱਤੇ ਲੈਣ ਨੂੰ। ਤੈਨੂੰ ਪਤਾ ਤਾਂ ਹੈ ਉੱਥੇ ਇੱਕ ਤਾਂ ਕਮਰਾ ਹੈ, ਮੈਨੂੰ ਬਰਾਂਡੇ ਜਿਹੇ 'ਚ ਪੈਣਾ ਪੈਂਦਾ ਸੀ ਪੁੱਤ, ਮੈਥੋਂ ਖੜਿਆ ਨਹੀਂ ਜਾਂਦਾ। ਮੈਂ ਆਖਿਆ ਚੱਲ ਇੱਥੇ ਦੋ ਕਮਰੇ ਨੇ, ਇੱਕ ਕਮਰੇ 'ਚ ਮੈਂ ਤਾਂ ਪੈ ਜੂੰਗੀ। ਆਹੋ ਬਹਿ ਜਾ, ਸਾਡੇ ਕੋਲ ਹੈ ਨਹੀਂ ਕੋਈ ਥਾਂ ਤੈਨੂੰ ਪੈਣ ਪੂਣ ਨੂੰ ਰੱਖਣ ਨੂੰ। ਹਾਏ ਪੁੱਤ ਮੈਨੂੰ ਕੋਈ ਕੱਪੜਾ ਦੇ ਦੇ, ਮੈਨੂੰ ਠੰਡ ਲੱਗੀ ਜਾਂਦੀ ਹੈ। ਕੋਈ ਨਹੀਂ ਦਿੰਨੀਆਂ ਦੇਖ ਕੇ, ਜੇ ਕੋਈ ਫਾਲਤੂ ਪਿਆ ਹੋਇਆ ਅੰਦਰ ਨਾ ਆਈ 100 ਬਿਮਾਰੀ ਲਾਏਂਗੀ। ਕਿਹੜੀ ਬਿਮਾਰੀ ਲਾਵਾਂਗੀ ਮੈਂ ਤੁਹਾਨੂੰ, ਬਿਮਾਰੀਆਂ ਦਾ ਮੈਨੂੰ ਤੁਸੀਂ ਬਣ ਕੇ ਲੱਗ ਗਈਆਂ ਜੇ। ਲੈ ਫੜ ਕਿੱਥੇ ਮਰਜ਼ੀ ਰਹਿ,
ਕਿੱਥੇ ਮਰਜ਼ੀ ਨਾ ਰਹਿ, ਤੁਰਦੀ ਲੱਗ ਇੱਥੋਂ। ਕਮਲ, ਕਮਲ ਪੁੱਤ ਗੇਟ ਖੋਲ ਦੇ, ਮੈਂ ਜਿੱਥੇ ਆਖੇਂਗੀ ਉੱਥੇ ਹੀ ਪੈ ਜਾਊਂਗੀ, ਮੈਂ ਇੱਕ ਖੂੰਜੇ ਚ ਪੈ ਜਾਊਂਗੀ, ਮੈਨੂੰ ਛੱਤ ਤਾਂ ਮਿਲ ਜੇਗੀ। ਪੁੱਤ ਮੈਂ ਕਿੱਥੇ ਜਾਵਾਂ, ਗੇਟ ਖੋਲ ਦੇ, ਗੇਟ ਖੋਲ ਦੇ ਪੁੱਤ। ਹਾਏ, ਮੈਨੂੰ ਨੀ ਲੱਗਦਾ ਇਹ ਗੇਟ ਖੋਲੇ। ਹਾਏ, ਮੈਂ ਕਿੱਥੇ ਜਾਵਾਂ ਹੁਣ, ਉਧਰੋਂ ਨੀ ਰੱਖਦੀ, ਉਧਰੋਂ ਇਹ ਨੀ ਰੱਖਦੀ, ਨਹੀਂ ਖੋਲਦੀ, ਨਹੀਂ ਖੋਲਦੀ। ਰੋਟੀ ਬਣਾ ਲਿਆ ਮੈਂ ਤੁਹਾਡੇ ਵਾਸਤੇ। ਰੋਟੀ, ਰੋਟੀ ਤਾਂ ਲਿਆ, ਨਾਲੇ ਬਾਹਰੇ ਕੌਣ ਆਇਆ ਸੀ? ਮਾਸੀ ਤੇਰੀ ਕੱਢਤੀ ਹੋਣੀ ਘਰੋਂ ਉਹਨੇ। ਮਾਸੀ, ਉਹ ਤੂੰ ਫਿਰ ਅੰਦਰ ਲਿਆਉਂਦੀ ਯਾਰ? ਅੰਦਰ ਤਾਂ ਮੈਂ ਲਿਆਉਂਦੀ, ਕੁੱਤੇ ਵਾਲੀ ਖੰਘ ਹੋ ਰਹੀ ਸੀ, ਹੋਰ ਬਿਮਾਰੀ ਲਾ ਦਿੰਦੀ ਕੋਈ। ਉਹ ਚੱਲ ਕੋਈ ਨਾ ਯਾਰ, ਉਹ ਬੀਹੀ ਵਾਲੇ ਕਮਰੇ 'ਚ ਪਿਆ ਕਰਦੀ ਉਹ। ਅੱਛਾ, ਆਇਆ ਵੱਡਾ ਮਾਂ ਦਾ ਹੇਜਲਾ, ਉਦੋਂ ਤਾਂ ਤੈਨੂੰ ਦਿਖਿਆ ਨੀ ਜਦੋਂ ਪੈਨਸ਼ਨ ਉਧਰ ਫੜਾ ਕੇ ਆਉਂਦੀ ਸੀ ਉਹ, ਤੇ ਸਾਂਭਾ ਮੈਂ ਉਹਨੂੰ। ਉਹ ਚੱਲ ਕੋਈ ਨਾ, ਚਾਹੇ ਕਿਵੇਂ ਦੇ ਵੀ ਆ ਯਾਰ, ਹੈਗੀ ਤਾਂ ਮੇਰੀ ਮਾਂ ਹੀ ਆ ਨਾ। ਅੱਛਾ, ਚੁੱਪ ਕਰਕੇ ਬਹਿ ਜਾ, ਨਾਲੇ ਮੇਰੀ ਗੱਲ ਸੁਣ ਲੈ। ਘਰ ਤੂੰ ਮੇਰੇ ਨਾਲ ਵਸਾਉਣਾ, ਆਪਦੀ ਮਾਂ ਨਾਲ ਨੀ ਵਸਾਉਣਾ। ਉਦੋਂ ਤਾਂ ਉਹਨੂੰ ਆਪਾਂ ਦਿਖੇ ਨੀ ਹੈਗੇ ਜਦੋਂ ਪੈਨਸ਼ਨ ਉਧਰ ਫੜਾ ਫੜਾ ਕੇ ਆਉਂਦੀ ਸੀ, ਨਾ ਸਾਂਭਾ ਉਹਨੂੰ ਮੈਂ ਕੀ ਗੱਲ। ਉਹ ਚੱਲ ਛੱਡ ਪਰੇ ਯਾਰ, ਜਾਣ ਦੇ ਇਹਨੂੰ, ਤੂੰ ਐਂ ਕਰ ਯਾਰ, ਰੋਟੀ ਬਣਾ ਕੇ ਲਿਆ, ਮੈਨੂੰ ਭੁੱਖ ਬਹੁਤ ਲੱਗੀ। ਚਲੋ ਮੈਂ ਬਣਾ ਕੇ ਲਿਆਉਣੀ। ਲਿਆ। ਹਾਂ ਮਾਂ, ਹੁਣ ਤਾਂ ਅਸੀਂ ਵਧੀਆ ਐਸ਼ ਦੀ ਜ਼ਿੰਦਗੀ ਜਿਉਂਦੇ ਹਾਂਗੇ। ਅਮਨ, ਓਏ ਪੁੱਤ ਅਮਨ। ਮਾਂ, ਮੈਂ ਤੈਨੂੰ ਰੁੱਕ ਕੇ ਕਰਦੀ ਹਾਂ ਫੋਨ। ਨਾ ਨਾ, ਹੋਇਆ ਤਾਂ ਕੁਛ ਨੀ, ਚੱਲ ਮੈਂ ਕਰਦੀ ਹਾਂ। ਗੇਟ ਖੋਲ ਦੋ, ਖੋਲ ਦੋ ਪੁੱਤ। ਦੇਖ ਤਾਂ ਸਹੀ ਕਿਵੇਂ ਗੇਟ ਖੜਕਾਉਣ ਲੱਗੀ ਪਈ ਹੈਗੀ। ਚੱਲ ਕੋਈ ਗੱਲ, ਖੜਕਾਈ ਜਾਣ ਦੇ, ਮੈਂ ਵੀ ਨੀ ਗੇਟ ਖੋਲਦੀ ਹੈਗੀ, ਇਹਨੂੰ ਆਪੇ ਖੜਕਾ ਖੜਕੂ ਕੇ ਮੁੜ ਜੂਗੀ, ਇਹ ਤਾਂ ਰੋਜ਼ ਦਾ ਹੀ ਹੋ ਗਿਆ। ਪੁੱਤ, ਮੈਨੂੰ ਜਿੱਥੇ ਬਿਠਾਉਂਗੇ ਮੈਂ ਬੈਠੀ ਰਹੂੰਗੀ, ਇੱਕ ਕੋਨੇ 'ਚ ਬਹਿ ਜੂੰਗੀ। ਆਏ ਬੇ ਪੁੱਤ, ਤੂੰ ਹੀ ਸੁਣ ਲੈ, ਤੂੰ ਹੀ ਸੁਣ ਲੈ ਮੇਰੀ ਆਵਾਜ਼, ਮੈਨੂੰ ਅੰਦਰ ਬਾੜ ਲਓ, ਕੋਈ ਥਾਂ ਨਹੀਂ ਰਹਿ ਗਿਆ ਮੇਰੇ ਲਈ। ਪੁੱਤ, ਪੁੱਤ ਮਾਂ ਬਾਰੇ ਤੂੰ ਹੀ ਸੋਚ ਲੈ ਕੁਛ, ਤੈਨੂੰ ਜੰਮਿਆ ਪਾਲਿਆ, ਔਖਾ ਹੋ ਗਿਆ ਤੁਹਾਨੂੰ ਸਾਂਭਣਾ, ਨਹੀਂ ਖੋਲ ਦੇ, ਨਹੀਂ ਖੋਲ ਦੇ। ਹਾਏ ਹਾਏ ਰੱਬਾ, ਹਾਏ ਮਰ ਜਾ, ਮਰਤਾ ਤੂੰ ਗਿਆ ਹੀ ਆ, ਬੇੜੀ ਬੈਠੀ ਵਾਲਿਆ, ਇੰਜਾ ਜਾਰਾ ਆਪ ਤਾਂ ਤੂੰ ਉੱਤੇ ਜਾ ਕੇ ਬਹਿ ਗਏ,
ਮੈਨੂੰ ਛੱਡ ਗਿਆ ਗੰਦੀਆਂ ਲਾਦਾਂ। ਆ ਗੰਦੀਆਂ ਲਾਦਾਂ ਤੇਰੀਆਂ ਮੇਰੇ ਪੱਲੇ ਪਾ ਗਿਆ। ਤੂੰ ਤਾਂ ਮੇਰੇ ਕੋਲ ਇੱਕ ਵੀ ਨਾ ਜੰਮਦਾ, ਇੱਕ ਵੀ ਨਾ ਹੁੰਦਾ। ਆਪ ਤਾਂ ਬਹਿ ਗਿਆ ਜਾ ਕੇ ਉੱਤੇ, ਮੈਨੂੰ ਵੀ ਲੈ ਜਾਂਦਾ ਨਾਲ, ਮੈਨੂੰ ਵੀ ਲੈ ਜਾਂਦਾ। ਮੈਨੂੰ ਛੱਡ ਗਿਆ ਇੱਥੇ ਦੋਜਕ ਭਰਨ ਜੋਗੀ। ਹਾਏ, ਇੱਕ ਮਾੜੇ ਘਰਾਂ ਦੀਆਂ ਆ ਗਈਆਂ ਨੇ, ਨਹੀਂ ਸਮਝਦੀਆਂ, ਨਹੀਂ ਸਮਝਦੀਆਂ। ਮੈਨੂੰ ਵੀ ਮਾਰ ਲੈ ਆਵਾਜ਼ ਆਪਣੇ ਕੋਲ ਉੱਤੇ, ਕਿਉਂ ਪਹਿਲਾਂ ਹੀ ਤੁਰ ਗਿਆ ਤੂੰ ਮੈਨੂੰ ਛੱਡ ਕੇ। ਉਦੋਂ ਤਾਂ ਕਹਿੰਦਾ ਹੁੰਦਾ ਸੀ ਇਕੱਠੇ ਮਰਾਂਗੇ ਆਪਾਂ, ਧੋਖਾ ਕਰ ਗਿਆ ਮੇਰੇ ਨਾਲ। ਜੀ ਮੇਰੀ ਗੱਲ ਸੁਣਿਓ। ਉਹ ਕੀ ਆ? ਆਇਓ ਮਿਠਾਈ ਇੱਕ ਵਾਰੀ। ਹਾਂ ਆ ਫੜੋ ਰੋਟੀ, ਆਪਦੀ ਮਾਂ ਨੂੰ ਫੜਾਇਓ ਜਾ ਕੇ। ਉਹ ਆ ਰੋਟੀ ਖਾਣ ਵਾਲੀ ਆ ਯਾਰ। ਲੈ, ਇਹਨਾਂ ਨੂੰ ਕੀ ਹੋਇਆ, ਰਾਤ ਵਾਲੀਆਂ ਹੀ ਨੇ, ਉਹਨੂੰ ਢਿੱਡ ਭਰਨ ਨੂੰ ਥੋੜੀਆਂ ਨੇ ਇਹ। ਜੇ ਲੈ ਕੇ ਜਾਣੀ ਆ ਲੈ ਆ ਜਾਓ, ਨਹੀਂ ਮੈਂ ਕੁੱਤੇ ਨੂੰ ਪਾ ਦਿੰਨੀ ਆ। ਉਹ ਤਾਂ ਚੱਲ ਠੀਕ ਆ, ਉਹ ਚੱਲ ਖਾਊ ਕਾਹਦੇ ਨਾਲ ਇਹਨੂੰ। ਆ ਮਿਰਚ ਰੱਖੀ ਤਾਂ ਹੈਗੀ ਆ ਉੱਪਰ, ਆਪੇ ਖਾ ਲੂਗੀ। ਚੱਲ ਠੀਕ ਆ ਦੇ ਉਹਨੂੰ। ਚੁੱਕ ਲੈ ਰੱਬਾ, ਰੱਬਾ ਮੌਤ ਦੇ ਦੇ ਮੈਨੂੰ ਤੂੰ ਤਾਂ। ਮਾਂ ਹਾਂ, ਇੱਥੇ ਕਿਉਂ ਬੈਠੀ ਤੂੰ? ਪੁੱਤ ਹੋਰ ਕਿੱਥੇ ਬੈਠਾ, ਇੱਥੇ ਹੀ ਬਹਿਣਾ। ਦੋਨਾਂ ਬੂਹੇ ਨੂੰ ਘੰਟਾ ਘੰਟਾ ਗੇਟ ਕੜਕਾ ਗਿਆ ਹੀ ਆ, ਦੋਨਾਂ ਚੋਂ ਕਿਸੇ ਨੇ ਗੇਟ ਨਹੀਂ ਖੋਲਿਆ। ਓ ਮਾਂ, ਵੱਡੇ ਤਾਂ ਹੈਗੇ ਇਹੋ ਜਿਹੇ ਨੇ, ਪਤਾ ਤੈਨੂੰ ਕੋਮਲ ਨੇ ਦੇਖ ਲਿਆ ਇੱਥੇ ਪਈ ਨੂੰ, ਉਹਨੇ ਜਾ ਕੇ ਕਿਹਾ, ਕਹਿੰਦੀ ਜਾ ਕੇ ਬੇਬੇ ਨੂੰ ਰੋਟੀ ਦੇ ਕੇ ਆ, ਦੇਖ ਤੇਰਾ ਕਿੰਨਾ ਕਰਦੀ ਆ, ਆ ਲੈ ਖਾ ਲੈ ਰੋਟੀ। ਆਹੋ ਪੁੱਤ, ਪੁੱਤ ਤੂੰ ਖਾ ਲਈ ਰੋਟੀ? ਹਾਂ ਮਾਂ, ਮੈਂ ਖਾ ਲਈ ਰੋਟੀ। ਚੱਲ ਤੂੰ ਰੋਟੀ ਖਾ ਲਾ, ਫਿਰ ਕੋਈ ਦਵਾਈ ਬੂਟੀ ਲੈ ਲਈ, ਮੈਂ ਨਾ ਕੰਮ ਤੇ ਜਾਣਾ। ਇੱਕ ਵਾਰੀ ਵੀ ਨਹੀਂ ਕਿਹਾ ਵੀ ਮਾਂ ਚੱਲ ਮੇਰੇ ਨਾਲ ਘਰੇ, ਤੂੰ ਇੱਥੇ ਕਿਉਂ ਬੈਠੀ ਐ? ਪੁੱਤ ਸੱਚੀ ਕਹਿੰਦੇ ਨੇ, ਪੁੱਤ ਕੁ ਪੁੱਤ ਹੋ ਜਾਂਦੇ ਨੇ, ਮਾਵਾਂ ਤਾਂ ਮਾਵਾਂ ਹੀ ਰਹਿੰਦੀਆਂ ਨੇ। ਲੈ ਮੌਜਾਂ ਨਾਲ ਪਏ ਨੇ। ਮੈਂ ਕਿਹਾ ਜੀ ਸੁਣਦੇ ਹੋ, ਉੱਠੋ ਤੁਸੀਂ। ਉਹ ਕੀ ਹੋ ਗਿਆ, ਕਿਉਂ ਰੌਲਾ ਪਾ ਰੱਖੇਗਾ? ਮੇਰੀ ਗੱਲ ਸੁਣੋ, ਜਾ ਕੇ ਬਾਹਰ ਦੇਖੋ, ਤੁਹਾਡੀ ਮਾਂ ਨੇ ਜਮਾ ਹੀ ਸ਼ਰਮ ਲਾ ਰੱਖੀ ਹੈਗੀ, ਗੇਟ ਤੇ ਪਈ ਹੈਗੀ। ਨਾਲੋਂ ਇਹ ਨਹੀਂ ਦਿਖਦਾ ਹੈਗਾ ਕਿ ਉਹ ਬਾਹਰ ਪਈ ਸੋਹਣੀ ਲੱਗਦੀ ਹੈਗੀ, ਨਾਲੇ ਪਿੰਡ ਵਾਲੇ ਕੀ ਕਹਿਣਗੇ, ਸਾਰੇ ਪਿੰਡ 'ਚ ਬੇਇੱਜ਼ਤੀ ਕਰਵਾ ਰੱਖੀ ਆ। ਅਗਲਿਆਂ ਨੇ ਤਾਂ ਇਹੀ ਸੋਚਣਾ ਗਾ, ਖਣੀ ਕਿਤੇ ਇਹਨਾਂ ਨੇ ਧੱਕੇ ਮਾਰ ਕੇ ਬੁੜੀ ਨੂੰ ਬਾਹਰ ਕੱਢਤਾ। ਉਹ ਫਿਰ ਬਾਹਰ ਕਿਉਂ ਪਈ ਹੈ, ਅੰਦਰ ਆ ਜਾਂਦੀ, ਅੰਦਰ ਆ ਕੇ ਪਈ ਜਾਂਦੀ। ਉਹੀ ਤਾਂ ਮੈਂ ਕਹਿੰਦੀ ਹੈਗੀ, ਉੱਧਰ ਗਈ ਹੋਣੀ ਛੋਟੇ ਕਣੀ, ਅਗਲਿਆਂ ਨੇ ਘਰੇ ਨਹੀਂ ਵਾੜਿਆ ਹੋਣਾ। ਚੱਲ ਕੋਈ ਨਾ, ਮੈਂ ਦੇਖਦਾ ਜਾ ਕੇ। ਨਾਲੇ ਗੱਲ ਸੁਣੋ, ਚਾਹ ਬਣੀ ਪਈ ਆ, ਉਹਨੂੰ ਪਾ ਕੇ ਦੇ ਦਿਓ ਆਪਦਾ। ਲੈ ਪਾ ਦੇ ਤੂੰ ਚਾਹ।
ਹੁਣ ਤੁਸੀਂ ਚਾਹ ਵੀ ਨਹੀਂ ਪਾ ਸਕਦੇ ਹੈਗੇ। ਬੇਇੱਜ਼ਤੀ ਕਰਵਾ ਰੱਖਿਆ ਨੇ ਤਾਂ ਸਾਡੀ ਸਾਰੇ ਪਿੰਡ 'ਚ ਹੀ। ਸ਼ਰਮ ਨਹੀਂ ਆਉਂਦੀ ਹੈਗੀ, ਚੱਕ ਕੇ ਮੂੰਹ ਇੱਥੇ ਆ ਜਾਂਦੀ ਹੈਗੀ ਵੀ ਉੱਥੇ ਮਰ ਜਾ ਤੂੰ ਛੋਟੇ ਕਣੀ, ਉਹਨਾਂ ਦੇ ਬੈਠਕ ਪਈ ਆ ਉੱਥੇ ਪੈ ਜਾ, ਜਾਨ ਜਾਨ ਜਰੂਰ ਕੱਢਦੀ ਹੈਗੀ। ਐ ਨਹੀਂ ਦਿਖਦਾ ਹੈਗਾ ਵੀ ਇਹਨਾਂ ਦੇ ਤਾਂ ਆਪ ਇੱਕ ਕਮਰਾ ਗਾ, ਦੱਸ ਕਿੱਥੇ ਪਾਈਏ ਇਹਨੂੰ, ਕਿੱਥੇ ਬਿਠਾਈਏ। ਮਾਂ ਤੂੰ ਇੱਥੇ ਕਿਉਂ ਬੈਠੀ ਹੈ, ਨਾਲੇ ਤੈਨੂੰ ਰੋਟੀ ਕੌਣ ਦੇ ਗਿਆ? ਪੁੱਤ ਜੱਸ ਦੇ ਗਿਆ ਸੀ ਰੋਟੀ। ਨਾ ਮਾਂ ਉਹਨੂੰ ਸ਼ਰਮ ਤਾਂ ਨਹੀਂ ਆਈ? ਚੱਲ ਕੋਈ ਨਾ, ਲੈ ਚਾਹ ਪੀ ਲੈ। ਤੂੰ ਵੀ ਨਾ ਉਹਨਾਂ ਦੀ ਸਾਈਡ ਬਾਹਲੀ ਲੈਂਦੀ ਹੁੰਦੀ ਸੀ। ਹਾਂ ਪੁੱਤ ਤੁਸੀਂ ਤਾਂ ਦੋਵੇਂ ਆਪਣੀ ਜਗ੍ਹਾ ਠੀਕ ਹੋ, ਸਹੀ ਹੋ। ਮੈਂ ਹੀ ਗਲਤੀ ਕੀਤੀ ਸੀ ਤੁਹਾਨੂੰ ਜਨਮ ਦੇ ਕੇ ਪੁੱਤ। ਉਹਨਾਂ ਨਾ ਮਾਂ ਆਹ ਦੇਖ ਲੈ ਤੇਰੀ ਨੂੰਹ ਕਿੰਨੀ ਚੰਗੀ ਹੈਗੀ, ਮੈਨੂੰ ਜਾ ਕੇ ਕਹਿੰਦੀ ਕਿ ਮੰਮੀ ਬਾਹਰ ਬੈਠੀ ਹੈ, ਉਹਨੇ ਤਾਂ ਨਾ ਚਾਹ ਵੀ ਬਣਾ ਕੇ ਦਿੱਤੀ ਹੈ, ਕਹਿੰਦੀ ਮੰਮੀ ਨੂੰ ਜਾ ਕੇ ਦੇ ਆ। ਧੰਨਵਾਦ ਤੇਰਾ ਵੀ ਤੇ ਉਹਦਾ ਵੀ। ਤੂੰ ਐਂ ਕਰ ਮਾਂ ਆਹ ਚਾਹ ਪੀ ਲੈ, ਚਾਹ ਪੀ ਕੇ ਨਾ ਕੋਈ ਦਵਾਈ ਬੂਟੀ ਲੈ ਲਈ ਫਿਰ ਆਪਦੀ ਟਾਈਮ ਨਾਲ, ਨਾਲੇ ਮੈਂ ਨਾ ਖੇਤ ਜਾਣਾ, ਮੈਂ ਚੱਲਦਾ ਹੈਗਾ। ਚੰਗਾ ਮਾਂ। ਚੰਗਾ ਪੁੱਤ ਦੇਖਿਆ ਕਿੰਨੇ ਨਿਰਦਈ ਨਿਕਲੇ ਨੇ, ਕੀ ਕੀਤਾ ਇਹਨਾਂ ਨੇ ਦੋਨਾਂ ਨੇ ਆਪਣੀ ਮਾਂ ਨਾਲ, ਦੋਨਾਂ ਨੇ ਇੱਕ ਵਾਰੀ ਨਹੀਂ ਕਿਹਾ ਵੀ ਚੱਲ ਮਾਂ ਤੂੰ ਇੱਥੇ ਬਾਹਰ ਕਿਉਂ ਬੈਠੀ ਹੈ, ਇੱਕ ਰੋਟੀ ਦੇ ਗਏ ਇੱਕ ਚਾਹ ਦੇ ਗਏ, ਉਹ ਵੀ ਬਾਹਰ ਬੈਠੀ ਨੂੰ। ਫਿਰ ਬਾ ਆ ਦਿਨ ਰਹਿੰਦੇ ਸਨ ਮੈਨੂੰ ਵੇਖਣ ਵਾਲੇ, ਮੈਂ ਪਛਤਾਉਣੀ ਆ ਹੁਣ ਇਹਨਾਂ ਨੂੰ ਜਨਮ ਦੇ ਕੇ। ਇਦੋਂ ਚੰਗਾ ਤਾਂ ਮੈਨੂੰ ਚੱਕ ਲੈ, ਮੈਂ ਦੁੱਖ ਨਹੀਂ ਵੇਖਣਾ ਹੋਰ।